ਅੱਜ ਸੁੱਖ ਦੀ ਨੀਂਦ ਸੌਵਾਂਗੇ। ਘਰ ਦੇ ਮਹਿਮਾਨ ਹੀ ਇੰਨੇ ਜਿਵੇਂ ਮੁਸਾਫਰਖਾਨਾ ਹੁੰਦਾ, ਸਾਡੇ ਤਾਂ ਛੁੱਟੀ ਕਰਦੇ ਨੇ ਮਹਿਮਾਨ, ਤਾਂ ਚਾਹੁੰਦੇ ਯਾਰ ਅੱਲਾ ਕੋਈ ਐਸਾ ਹੰਗਾਮਾ ਹੋਵੇ ਅਸੀਂ ਆ ਜਾਈਏ। ਮੈਂ ਵੀ ਬੱਚਿਆਂ ਨੂੰ ਕਹਿ ਦਿੱਤਾ ਵੀ ਅੱਜ ਨਾ ਮੋਬਾਈਲ ਬੰਦ ਆ ਅਤੇ ਅੱਜ ਮੈਂ ਲੰਮਾ ਹੀ ਸੌਣਾ, ਡਰਾਮਾ ਕਰ ਕਰ ਮਤ ਵਜੀ, ਦੋ ਦੋ ਸ਼ੋਅ ਆ, ਮਹਿਮਾਨ ਤਾਂ ਅੱਲਾ ਦੇਵੇ, ਅੱਜ ਸੁੱਖ ਦੀ ਨੀਂਦ ਸੌਵਾਂਗੇ। ਠੀਕ ਹੈ, ਮੋਬਾਈਲ ਮੈਂ ਕਰਤਾ ਬੰਦ, 5-6 ਵਜੇ ਸੁੱਤਾ ਉੱਠਾਂਗਾ, ਨੀਂਦ ਵੀ ਪੂਰੀ ਹੋ ਜਾਏਗੀ, ਬਾਕੀ ਮਹਿਮਾਨ ਜਾਣੇ ਤਾਂ ਘਰ ਜਾਣੇ। ਮਹਿਮਾਨਾਂ ਨੂੰ ਮੈਂ ਪੁੱਛਣਾ ਆ ਜਾ ਕੇ ਵੀ ਦੇਖ ਲਓ ਭਾਈ ਕਿਤੇ ਰਜਿਸਟਰੀ ਤੁਹਾਡੇ ਨਾਂ 'ਤੇ ਨਹੀਂ ਹੈਗੀ। ਚੱਲ ਸਕੂਨ ਕਰ। ਸੁੱਖ ਦੀ ਨੀਂਦ ਸੌਵਾਂ। ਯੈਸ ਯੈਸ ਤਸਲੀਮ ਮੇਰਾ ਸ਼ੁਕਰ। ਕੀ ਹਾਲ ਭਾਈ? ਕੀ ਹਾਲ? ਠੀਕ ਠਾਕ ਆ ਜਾਓ। ਕੈਸੀ ਤਬੀਅਤ ਸੁਣਾਓ? ਮੈਂ ਠੀਕ, ਸ਼ੁਕਰ ਅੱਲਾ ਦਾ ਮੇਰੀ ਜਾਨ। ਕਿੱਦਾਂ? ਬਸ ਠੀਕ, ਸ਼ੁਕਰ ਅੱਲਾ ਪਾਕ ਦਾ, ਫਸਟ ਕਲਾਸ। ਆ ਜਾਓ। ਉਹ ਮੈਂ ਇੱਥੇ ਆਇਆ ਸੀ ਅਤੇ ਆਪਣਾ ਲੱਗਾ ਕਮਰਾ ਲੈਣ, ਅਤੇ ਉਹ ਮੈਨੂੰ ਮੁੰਡਾ ਕਹਿੰਦਾ ਜੀ ਕਿ ਤਸਲੀਮ ਅਬਾਸ ਨੇ ਉੱਪਰ ਕਮਰਾ ਲਿਆ ਅਤੇ ਮਾਸ਼ਾਅੱਲਾ। ਮੈਂ ਕਿਹਾ ਮੇਰਾ ਛੋਟਾ ਵੀਰ, ਅਤੇ ਮੈਂ ਕਿਹਾ ਉਹਨੇ ਜੋ ਕਮਰਾ ਜੋ ਲਿਆ, ਅਤੇ ਮੈਂ ਉਹਨੂੰ ਕਿਹਾ ਮੈਂ ਰਹਿਣ ਦੇ ਤੂੰ ਕਮਰਾ ਭਾਈ, ਮੈਂ ਉੱਥੇ ਜਾ ਕੇ ਸੌਂ ਜਾਂਦਾ। ਨਹੀਂ ਇੱਥੇ ਸੌਂ ਜਾਓ ਭਾਅ ਜੀ, ਮੈਂ ਸਵੇਰੇ ਸਵੇਰੇ ਜਾਣਾ ਸੀ ਤੇਰਾ ਕੰਮ, ਅਤੇ ਮੈਂ ਲੰਘ ਰਿਹਾ ਸੀ। ਨਹੀਂ ਸੌਂ ਜਾਓ ਤੁਸੀਂ ਭਾਅ ਜੀ, ਕਮਰਾ ਕਿਉਂ ਲੈਣਾ ਇੰਨਾ? ਹਾਂ ਬਸ ਥੈਂਕ ਯੂ ਮੇਰੀ ਜਾਨ। ਮੈਂ ਕਿਹਾ ਇੱਧਰ ਚਲੋ, ਰਾਤ ਹੀ ਕੱਢਣੀ ਹੈ। ਨਹੀਂ ਨਹੀਂ ਕੋਈ ਗੱਲ ਨਹੀਂ ਭਾਅ ਜੀ, ਨਾਲ ਤੇ ਨਹੀਂ ਕੋਈ ਤੇਰੇ? ਹੈ ਕੋਈ ਹੋਰ ਤੇ ਨਹੀਂ ਨਾਲ ਹੈਗਾ? ਨਹੀਂ ਨਹੀਂ ਹੋਰ ਨਹੀਂ ਭਾਅ ਜੀ, ਮੈਂ ਇਕੱਲਾ ਹੀ ਹਾਂ। ਇਕੱਲਾ ਹੀ? ਹਾਂ। ਖੈਰ ਸੀ ਅੱਜ ਮਤਲਬ? ਵੈਸੇ ਮੈਨੂੰ ਘਰ ਮਹਿਮਾਨ ਜ਼ਿਆਦਾ ਆ ਗਏ ਸੀ। ਅੱਛਾ, ਅਤੇ ਘਰ ਦੇ ਜਿਹਦੀ ਜਿਵੇਂ ਮੁਸਾਫਰਖਾਨਾ ਹੈ ਆਪਾਂ ਕਰਾਂਗੇ ਤੇ ਫਿਰ। ਆਹੋ, ਮੈਂ ਫਿਰ ਕੁਛ ਸੋਚਿਆ, ਮੈਂ ਕਿਹਾ ਭਾਅ ਜੀ ਇਕੱਲਿਆ ਹੀ ਹੈ ਨਾ, ਨੀਂਦ ਪੂਰੀ ਕਰੀਏ, ਤੂੰ ਡਰਾਮਾ ਦੋ ਦੋ ਸ਼ੋਅ ਕਰਕੇ ਮਤ ਵਜੀ। ਹਾਂਜੀ ਯਾਰ ਬਿਲਕੁਲ ਸਹੀ। ਹੋਰ ਤੁਸੀਂ ਸੁਣਾਓ? ਮੈਂ ਠੀਕ, ਫਸਟ ਕਲਾਸ, ਦੁਆਵਾਂ ਤੇਰੀਆਂ। ਚਲੋ ਅੱਛਾ ਹੋ ਗਿਆ ਯਾਰ, ਕੋਟ ਲਾ ਲਵਾਂ ਮੈਂ। ਲਾ ਲਓ, ਹੁਣ ਜਦੋਂ ਆਏ ਜੋ ਲਾ ਲਓ। ਲਓ ਜੀ, ਬੜਾ ਮਜ਼ਾ ਆਏਗਾ ਇਨਸ਼ਾਅੱਲਾ। ਹਾਂਜੀ, ਥਕਾਵਟ ਵੀ ਬਹੁਤ ਜ਼ਿਆਦਾ ਹੋਈ ਯਾਰ। ਥਕਾਵਟ ਮੈਂ ਤਾਂ ਥਕਾਵਟ ਦੇ ਤੂੰ ਖੁਦ ਮੈਂ ਭਾਅ ਨੂੰ ਕਮਰਾ ਲਿਆ। ਬੜਾ ਅੱਛਾ ਕੀਤਾ। ਕਾਰਨ ਨਾ ਉਹ ਫੈਮਿਲੀ ਇੱਕ ਆਈ ਸੀ ਅਤੇ ਉਹ ਮਾਸ਼ਾਅੱਲਾ ਬੇਟੇ ਨੂੰ ਵੇਖਣ ਆਏ ਸੀ ਨਾ ਛੋਟੇ। ਅੱਛਾ, ਵਿਆਹ ਲੱਗਾ ਹੁਣ ਮਾਸ਼ਾਅੱਲਾ, ਪਤਾ ਸੀ 4-5 ਫੈਮਿਲੀਆਂ ਇਕੱਠੀਆਂ ਹੀ ਸੀ। ਹਾਂ, ਉਹ ਫਿਰ ਮੈਂ ਕਿਹਾ ਚਲੋ ਮੈਂ ਇੱਥੇ ਨੀਂਦ ਪੂਰੀ ਕਰਦਾ। ਅੱਛਾ ਕੀਤਾ, ਸਕੂਨ ਹੈਗਾ। ਵੈਸੇ ਮੈਂ ਹਿਸਾਬ ਲਾਇਆ ਇਸ ਹੋਟਲ ਦਾ ਨਾ, ਹੋਟਲ ਬਾਕੀ ਵੀ ਹੁੰਦੇ ਨੇ ਲੇਕਿਨ ਇੱਥੇ ਪਤਾ ਥੋੜ੍ਹਾ ਟ੍ਰੈਫਿਕ ਟਰੂਫਿਕ ਦੀ ਆਵਾਜ਼ ਨਹੀਂ ਆਉਂਦੀ, ਲੰਘਦਾ ਵੜਦਾ ਕੋਈ। ਹਾਂ ਨਹੀਂ, ਇਹ ਟੈਨਸ਼ਨ ਜ਼ਰਾ ਉਹਲੇ 'ਚ ਹੈਗਾ, ਬੰਦਾ ਆਪਣੀ ਪ੍ਰਾਈਵੇਸੀ 'ਚ ਰਹਿੰਦਾ। ਹਾਂ, ਅਤੇ ਤੁਸੀਂ ਇੱਥੇ ਖੈਰ ਸੀ? ਉਹ ਮੈਂ ਸ਼ੋਅ ਕਰਨ ਚੱਲਾ ਸਾਂ ਅਤੇ ਆਪਣਾ ਸਰਗੋਦੇ। ਅੱਛਾ, ਮੈਂ ਹੁਣ ਇੱਥੇ ਆ ਗਿਆ ਨਾ, ਇੱਥੋਂ ਸਵੇਰੇ 1-1.5 ਘੰਟੇ ਦਾ ਰਸਤਾ, ਇੱਥੋਂ ਚੁੱਪ ਕਰਕੇ ਨਿਕਲ ਜਾਵਾਂਗੇ। ਨਹੀਂ ਉੱਥੇ ਵੀ ਆਰਾਮ ਤੁਸੀਂ ਕਰ ਲੈਂਦੇ, ਸਮਾਂ ਜਾ ਕੇ ਉਸ ਨਹੀਂ ਉੱਥੇ ਨਾ ਕੋਈ ਨਹੀਂ। ਚਲੋ, ਤਾਂ ਮੈਂ ਜਾਣਾ ਸੀ, ਲੇਕਿਨ ਨਸੀਬਾਂ ਦੀ ਗੱਲ ਹੁੰਦੀ ਨਾ, ਹੁਣ ਇੱਥੇ ਤਾਂ ਦਾਣਾ ਪਾਣੀ ਲਿਖਿਆ ਸੀ ਤੇਰੇ ਨਾਲ, ਤੇਰੇ ਨਾਲ ਮੁਲਾਕਾਤ ਹੋਣੀ ਸੀ। ਅਤੇ ਸੁਬਹਾ ਪਹਿਲੇ ਟਾਈਮ ਨਿਕਲਣਾ? ਸਵੇਰੇ ਸਵੇਰੇ ਇਨਸ਼ਾਅੱਲਾ, ਮੈਂ ਤਕਰੀਬਨ ਕੋਈ 11-11:30-12 ਵਜੇ ਨਿਕਲ ਜਾਵਾਂਗਾ। ਇਹ ਸਵੇਰੇ ਸਵੇਰੇ ਹੁੰਦਾ ਭਾਅ ਜੀ? ਇਹ ਤਾਂ ਅਗਲੇ ਮਜ਼ਦੂਰ ਰੋਟੀ ਖਾਣ ਆ ਜਾਂਦੇ ਦੁਪਹਿਰ ਨੂੰ, ਅੱਧੀ ਦਿਹਾੜੀ ਵੈਸੇ ਚਲ ਜਾਂਦੀ ਤੁਹਾਡੀ ਸਵੇਰ। ਮੈਂ ਤੁਹਾਨੂੰ ਪਤਾ ਜਲਦੀ ਉੱਠ ਜਾਂਦਾ ਮੈਂ, ਮਤਲਬ ਜ਼ਿਆਦਾ ਟਾਈਮ ਨਹੀਂ ਹੈ ਜੀ। 12 ਵਜੇ 12 ਵਜੇ ਵੀ ਜਲਦੀ ਉੱਠ ਜਾਂਦਾ। ਨਹੀਂ ਹੁਣ ਸੌਂਗਾ ਵੀ ਤਾਂ ਤੈਨੂੰ ਪਤਾ ਲੇਟ ਹੁੰਦਾ, ਹੁਣ ਰਾਤ ਨੂੰ 2-2:30 ਵਜੇ ਸੌਣਾ। ਨਹੀਂ ਨਹੀਂ ਕੋਈ ਐਸੀ ਗੱਲ, 2-2:30 ਵਜੇ ਸੌਂ ਕੇ ਮੁੜ ਕੇ ਸਵੇਰੇ 7 ਵਜੇ ਤਾਂ ਨਹੀਂ ਨਾ ਉੱਠਿਆ ਜਾਂਦਾ। ਹੋਰ ਕੋਈ ਖਾਣਾ ਪੀਣਾ ਭਾਏ? ਬਸ ਥੋੜ੍ਹੀ ਜਿਹੀ ਲੱਗੀ ਭੁੱਖ, ਮੈਂ ਕਹਿੰਦਾ ਹੁਣ ਸਵੇਰੇ ਉੱਠ ਕੇ ਖਾਈਏ ਕੁਛ। ਤੁਸੀਂ ਸਵੇਰੇ ਖਾਈਓ, ਕਿਉਂਕਿ ਇਸ ਟਾਈਮ ਨਾ, ਹਾਂ ਹੁਣ ਤਾਂ ਟਾਈਮ ਬਹੁਤ ਓਵਰ ਹੋ ਗਿਆ, ਸੁਬਹਾ ਤੁਹਾਨੂੰ ਨਿਹਾਰੀ ਖਵਾਵਾਂਗੇ। ਹਾਂ ਠੀਕ ਹੈ। ਹਾਂ ਨਹੀਂ, ਇਹਨਾਂ ਦਾ ਮੈਂ ਸੁਣਿਆ ਖਾਣਾ ਚੰਗਾ ਹੁੰਦਾ ਹੋਟਲ ਵਾਲਿਆਂ ਦਾ। ਹੈਂ? ਹੋਟਲ ਵਾਲਿਆਂ ਦਾ, ਇਹਨਾਂ ਦਾ ਰੈਸਟੋਰੈਂਟ ਜਿਹੜਾ ਨਾ, ਇਹਨਾਂ ਦਾ ਸ਼ੈਫ ਬਹੁਤ ਵਧੀਆ। ਆਹੋ, ਲੇਕਿਨ ਟਾਈਮ ਬਹੁਤ ਹੋ ਗਿਆ ਭਾਅ ਜੀ। ਟਾਈਮ ਬਹੁਤ ਹੋ ਗਿਆ, ਲੇਕਿਨ ਉਹ ਪਤਾ ਕਿ ਮੁੰਡੇ ਬੜੇ ਚੰਗੇ ਨੇ, ਇਹਨਾਂ ਨੂੰ ਕੋਈ ਕੰਮ ਕਹੋ ਕਰ ਕੁਰ ਵੀ ਦਿੰਦੇ ਨੇ। ਕੋਈ ਨਹੀਂ, ਸੁਬਹਾ ਤੁਹਾਨੂੰ ਨਿਹਾਰੀ ਇੱਥੋਂ ਮਿਲਦੀ ਹੈ? ਸੁਬਹਾ ਨਿਹਾਰੀ ਨਾ ਮੈਂ ਛੱਡੀ ਹੈ ਥੋੜ੍ਹੀ ਜਿਹੀ, ਕੋਲੋਂ ਖਾਣੀ ਛੱਡੀ ਤੂੰ? ਹੈਂ? ਨਿਹਾਰੀ ਕਾਹਦੇ ਛੱਡੀ ਭਾਅ ਜੀ, ਐਡੀ ਅੱਛੀ? ਉਨਾ ਹੀ ਉਹ ਨਾ ਵੱਡਾ ਹੁੰਦਾ ਨਾ ਉਹਦੇ 'ਚ, ਅਤੇ ਉਹ ਮੈਨੂੰ ਡਾਕਟਰ ਨੇ ਕਿਹਾ ਯੂਰਕ ਛੱਡ ਕੇ ਤੂੰ ਨਾ ਖਾਇਆ ਕਰ ਨਿਹਾਰੀ। ਚਣੇ ਹੁੰਦੇ ਭਾਅ ਨਾ, ਅੰਡੇ ਵਾਲੇ ਕੋਫਤੇ ਹੁੰਦੇ ਆ। ਚਲੋ ਉਹ ਸਵੇਰੇ ਦੇਖੀ ਜਾਓਗੇ ਇਨਸ਼ਾਅੱਲਾ। ਚਲੋ ਠੀਕ ਹੈ, ਸੁਣ ਕੋਈ ਅਸੀਂ ਉਹ ਫਲਕ ਸ਼ੇਰ ਕਿੱਥੇ ਰਹਿ ਗਏ ਹਾਂ ਨਾਲ? ਹੋਰ
ਫਲਕਸ਼ਰ ਮੁੰਡਾ ਮੇਰਾ ਨਾਲ ਸ਼ਗਿਰਦ ਹੈਗਾ ਨਹੀਂ ਮੁੰਡਾ ਤੁਸੀਂ ਕਾਹਦੇ ਭਾਣ ਰੱਖਦੇ ਹੋ ਉਹਨੂੰ ਡਿੱਗ ਪੈਨੇ ਤੁਸੀਂ ਅੱਲਾ ਮਾਮੂ ਜੀ ਉਹ ਨਹੀਂ ਯਾਰ ਤਸਲੀਮ ਤੈਨੂੰ ਪਤਾ ਕਿ ਆਪਣਾ ਇਕੱਲਿਆਂ ਬੰਦਾ ਗੱਡੀ ਚਲਾ ਕੇ ਕਿਸ ਤਰ੍ਹਾਂ ਦਾ ਨਾਲ ਕੋਈ ਹੋਣਾ ਚਾਹੀਦਾ ਭਾਅ ਜੀ ਤੁਸੀਂ ਕਿਹੜੇ ਲੱਲੇ ਮਸਤ ਹੋ ਵੀ ਤੂੰ ਤੁਹਾਡੇ ਕੋਲ ਗੱਡੀ ਨਹੀਂ ਚੱਲ ਸ ਚਲਾਉਂਦੇ ਹੀ ਰਹੇ ਸਾਰੀ ਜ਼ਿੰਦਗੀ ਪੁੱਤਰ ਚਲਾ ਤਾਂ ਲੈਣਾ ਗੱਡੀ ਲੇਕਿਨ ਉਹਨੇ ਵੀ ਤਾਂ ਵੇਖਣਾ ਰਸੇ ਕਿਧਰੇ ਸਰਵਿਸ 'ਤੇ ਰੁਕਣਾ ਨਹੀਂ ਸੌਦਾ ਲੈ ਕੇ ਆਉਣਾ ਕੋਈ ਚੀਜ਼ ਲੈ ਕੇ ਆਉਣੀ ਭਾਅ ਨੂੰ ਗੱਡੀ ਦੇ ਵਿੱਚ ਹੀ ਬੰਦਾ ਸੌਦਾ ਮੰਗਾ ਲੈਂਦਾ ਆ ਮੁੰਡੇ ਨਾਲ ਰੱਖਣ ਦਾ ਫਾਇਦਾ ਹੀ ਕੋਈ ਨਹੀਂ ਹੁੰਦਾ ਉਹ ਨਹੀਂ ਇੱਕ ਅੱਧਾ ਨਾਲ ਤਾਂ ਹੋਣਾ ਚਾਹੀਦਾ ਇਕੱਲਾ ਬੰਦਾ ਇੱਕ ਅੱਧਾ ਨਾਲ ਆਪੇ ਹੀ ਪਾਣੀ ਫੜੇ ਜਾਏ ਤੇ ਆਪੇ ਸਾਰਾ ਕੋਈ ਬੰਦਾ ਝਬੋਰਾ ਲੱਗਦਾ ਇਸ ਤਰ੍ਹਾਂ ਤੁਸੀਂ ਭਾਅ ਜੀ ਕਿਹੜੇ ਗੱਡੀ 'ਚ ਦਾਖਲ ਹੋਣਾ ਆ ਵੀ ਤੁਸੀਂ ਗੱਡੀ ਬਾਅਦ ਪੁੱਤਰ ਦਾਖਲ ਹੁੰਦਾ ਤਾਂ ਚੱਲਦੀ ਗੱਡੀ ਉਹ ਮੇਰਾ ਮਤਲਬ ਕਹਿੰਦਾ ਵੀ ਗੱਡੀ ਸਟੋਰ ਦੇ ਨਾਲ ਲਾ ਲਓ ਜਿਹੜੀ ਮਰਜ਼ੀ ਮੈਂ ਇਕੱਲਾ ਹੀ ਜਾਂਦਾ ਹੁੰਦਾ ਜਦੋਂ ਵੀ ਜਾਵਾਂ ਮੈਂ ਨਹੀਂ ਮੁੰਡਾ ਰੱਖਦਾ ਕੋਈ ਚੱਲ ਕੋਈ ਨਹੀਂ ਹੁਣ ਮੈਨੂੰ ਬੁਲਾ ਲੈਣਾ ਉਹ ਆਪਣਾ ਫਲਕਸ਼ੇਰ ਆ ਜਾ ਫਲਕਸ਼ੇਰ ਕਿੱਥੇ ਰਹਿ ਗਿਆ ਯਾਰ ਹਾਂਜੀ ਮੈਂ ਬਸ ਵੇਖ ਸਰਪ੍ਰਾਈਜ਼ ਵੇਖ ਸ਼ੋਖਿਆ ਇੱਧਰ ਇੱਧਰ ਹੁਣ ਬੈਠਾ ਯਾਰ ਦਰਵਾਜ਼ਾ ਬੰਦ ਕਰ ਕਿਉਂ ਉਸਤਾਦ ਜੀ ਕਮਰੇ ਦਾ ਤੁਸੀਂ ਕਿਰਾਇਆ ਨਹੀਂ ਤੇਰੇ ਘਰ ਦਾ ਦਰਵਾਜ਼ਾ ਹੈ ਜਾਂ ਹੋਟਲ ਦਾ ਦਰਵਾਜ਼ਾ ਹੈ ਨਾਲ ਬੰਦੇ ਸੁੱਤੇ ਪਏ ਹੋਰ ਉਸਤਾਦ ਜੀ ਕੋਈ ਏਡਾ ਦੇਖਦੇ ਸੀ ਜ਼ਰਾ ਭਰਾ ਨੇ ਕਮਰਾ ਲਿਆ ਹੈ ਲੇਕਿਨ ਐਵੇਂ ਅੱਛਾ ਪਤਾ ਹੋਰ ਪੰਜ ਮਿੰਟ ਮੈਨੂੰ ਨਾ ਦੱਸੇ ਆਪਾਂ ਸਾਹਮਣੇ ਕਮਰਾ ਲੈ ਲਿਆ ਸੀ ਨਵਾਂ ਵੈਸੇ ਆਹ ਦੇ ਕਮਰਾ ਐਡਾ ਇੱਥੇ ਭਾਵੇਂ ਕ੍ਰਿਕਟ ਖੇਡ ਸਕਦੇ ਉਸਤਾਦ ਜੀ ਕ੍ਰਿਕਟ ਖੇਡ ਸਕਦੇ ਲੈ ਦੱਸ ਨਹੀਂ ਤਸਲੀਮ ਤੈਨੂੰ ਪਤਾ ਫਿਰ ਸ਼ੁਰੂ ਤੋਂ ਇਹ ਤਾਂ ਹੈ ਮਤਲਬ ਅਜਾਇਸ਼ ਆਦਮੀ ਹੈ ਮਜ਼ੇ ਨਾਲ ਜੈਸ਼ ਭਾਜੀ ਕਹਦਾ ਮੈਂ ਤਾਂ ਅੱਜ ਕਮਰਾ ਲਿਆ ਛੱਡ ਦੇਣਾ 5 ਵਜੇ 6 ਵਜੇ ਕਦੋਂ ਸਵੇਰੇ ਆਹੋ ਏਡੀ ਛੇਤੀ ਗੱਲ ਛੱਡ ਦੇਣਾ ਕਮਰਾ ਹੈ ਗੈਸ ਜਿਹੜੀ ਛੱਡ ਦੇਣੀ ਉਹ ਯਾਰ ਬਿੱਲੀ ਹੈ ਮੇਰੀ ਤੂੰ ਨਾ ਪੁੱਛਿਆ ਨਾ ਦੱਸਿਆ ਵੀ ਕੁੱਤਾ ਆਇਆ ਤੂੰ ਮੇਰਾ ਸਬਰ ਕਰ ਲਾ ਜ਼ਰਾ ਉਸਤਾਦ ਜੀ ਦੇ ਦਿਓ ਉਹ ਆਹ ਸਬਰ ਕਰ ਲਾ ਤੂੰ ਸਰਦੀ ਆਈ ਆ ਸਰਦੀ ਦੇ ਚੌਂਕ 'ਚ ਪਿਆ ਤੂੰ ਕਮਰੇ 'ਚ ਆ ਵੀ ਤੂੰ ਗਲੀ 'ਚ ਪਿਆ ਹੈ ਜਰਾਬਾਂ ਵੀ ਤੂੰ ਇੰਜ ਪਾਈਆਂ ਆ ਵੀ ਜਿਵੇਂ ਜਰਾਬਾਂ ਲਾ ਲੈ ਪੁੱਤਰ ਬੋ ਆਉਂਦੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਭਾਅ ਜੀ ਜਰਾਬਾਂ ਪਾਈਆਂ ਰੱਖਣ ਉਹ ਪੈਰਾਂ 'ਤੇ ਬਹੁਤੀ ਬੋ ਆਉਣੀ ਆ ਨਾਲੇ ਭਰਾ ਨਾਲ ਲੇਟਣਾ ਤੂੰ ਨਹੀਂ ਮੇਰੇ ਨਾਲ ਕਾਹਤੇ ਲੇਟਣਾ ਭਾਅ ਜੀ ਮੈਂ ਦਦ ਪਾਲਿਆ ਇਹਨੂੰ ਮੇਰੇ ਨਾਲ ਕਾਹਤੇ ਲੇਟਣਾ ਉੱਥੇ ਜਾ ਕੇ ਲੇਟੇ ਬਾਕੀ ਤੁਹਾਡੇ ਨਾਲ ਉੱਧਰ ਚੱਲ ਜਾ ਭਾਅ ਇੰਨਾ ਨਹੀਂ ਇਹ ਸਿੰਗਲ ਬੈੱਡ ਇੱਥੇ ਤਾਂ ਪੂਰਾ ਹੀ ਨਹੀਂ ਸਿੰਗਲ ਭਾਅ ਜੀ ਕਰੋ ਡਬਲ ਬੈੱਡ ਆ ਇਹ ਨਹੀਂ ਆ ਸਿੰਗਲ ਡਬਲ 'ਤੇ ਨਹੀਂ ਡਬਲ ਡਬਲ ਲੈ ਆਏ ਦੋ ਦੋ ਜਣੇ ਸੌਂਦੇ ਉੱਠ ਕੇ ਇੱਧਰ ਆ ਯਾਰ ਤੂੰ ਬੜਾ ਵੀ ਵੱਡਾ ਮੁੰਡਾ ਬਣੀ ਜਾਂਦਾ ਮੇਰਾ ਉੱਧਰ ਆ ਉੱਠ ਕੇ ਉੱਧਰ ਚੱਲ ਮੇਰਾ ਵੀਰ ਆ ਉੱਧਰ ਸੌਂ ਜਾ ਯਾਰ ਡਿਸਟਰਬ ਨਾ ਕਰ ਤੇਰੀ ਮੇਰੇ ਕਾਸਮ ਕਿੱਥੇ ਕਾਸਮ ਇਹਦਾ ਨੰਬਰ ਕਿਹੜਾ ਉਹ ਠਹਿਰ ਜਾ ਕਾਸਮ ਕਿੱਥੇ ਗਏ ਉਹ ਤਾਂ ਸਾਜੋ ਆ ਉਹ ਮੁਨਾਸਬ ਕੌਣ ਉਹ ਪ੍ਰਮੋਟਰ ਹੈਗਾ ਬੜਾ ਵੱਡਾ ਉੱਥੇ ਸਰਗੋਤ ਦਾ ਉਹਨੇ ਸ਼ੋਅ ਅਰੇਂਜ ਕੀਤਾ ਨਾ ਉਹ ਵੀ ਸਾਡੇ ਨਾਲ ਹੀ ਨਹੀਂ ਤੂੰ ਨਾਲ ਭਾਈ ਨੂੰ ਉਹ ਇੱਕ ਮਿੰਟ ਗੱਲ ਸੁਣ ਯਾਰ ਉਹ ਕੌਣ ਭਾਈ ਨੂੰ ਕਾਸਮ ਕਾਸਮ ਜੀ ਦਾ ਸ਼ੋਅ ਕਰਨ ਚੱਲੇ ਬੰਦ ਕਰ ਦੇ ਬੂਹਾ ਆ ਜਾ ਇੱਥੇ ਆ ਜਾ ਓਕੇ ਯਾਰ ਆਸਤਾ ਦਰਵਾਜ਼ਾ ਬੰਦ ਕਰੋ ਕੀ ਗੱਲ ਕੀ ਹੈ ਤੁਹਾਡੀ ਬੈਠਕ ਆ ਇਹ ਅਸਲਾਮ ਅਲੈਕੁਮ ਉਸਤਾਦ ਜੀ ਹੋ ਗਿਆ ਦਰਵਾਜ਼ਾ ਤਾਂ ਆਸਤਾ ਬੰਦ ਕਰਿਆ ਕਰੋ ਤੂੰ ਇੱਥੇ ਮੇਰੇ ਕੋਲ ਆਇਆ ਸਰ ਪੁੱਤਰ ਇੱਥੇ ਮੇਰੇ ਕੋਲ ਆਇਆ ਅੱਛਾ ਜੀ ਤੂੰ ਵੀ ਉੱਥੇ ਚੱਲ ਯਾਰ ਉਹਨਾਂ ਕੋਲ ਉਹ ਨਹੀਂ ਹੋਣੇ ਇੰਨੇ ਇੱਕ ਬੈੱਡ ਦੇ ਭਾਅ ਜੀ ਇੰਨੇ ਕਿਤੇ ਬੱਸ ਆ ਇਹ ਇਹਦੇ ਵੀ ਇੰਨੇ ਨਹੀਂ ਆਉਣੇ ਜੁੱਤੀ ਲਾ ਲੈ ਜੁੱਤੀ ਲਾ ਲੈ ਇਹ ਕੋਟ ਉੱਧਰ ਆਪਣਾ ਸੋਫੇ 'ਤੇ ਰੱਖ ਦੇ ਹਾਂ ਇੱਥੇ ਰੱਖ ਦੇ ਤੂੰ ਇੱਥੇ ਮੇਰੇ ਕੋਲ ਆ ਜਾ ਆਹ ਲੈ ਲੈ ਸਰਾਣਾ ਸਰਾਣਾ ਲੈ ਲੈ ਆਹ ਵੀ ਲੈ ਓਏ ਕੀ ਗੱਲ ਇੱਧਰ ਨੂੰ ਕਰ ਆਹ ਸਰਾਣਾ ਛੱਡ ਕਿਹੜਾ ਆ ਸਿੱਧਾ ਹੋ ਜਾ ਜ਼ਖਮ ਆ ਤੇਰੇ ਯਾਰ ਸਿੱਧਾ ਹੋ ਕੇ ਪਿਆ ਚਲੋ ਛੱਡ ਤੇ ਸਰਾਣਾ ਦੱਸ ਕਾਸਮ ਆ ਜਾ ਬੁਲਾਨੇ ਆ ਜਾ ਖਾਨ ਸਾਹਿਬ ਕਿੰਨੀ ਦੇਰ ਕੰਬਲ ਧੋਤੇ ਨੂੰ ਉਹ ਯਾਰ ਉਹਦੇ ਕਮਰੇ ਦਾ ਥੋੜ੍ਹਾ ਧੋਬੀ ਹੈ ਮੈਂ ਨਾਲ ਕਮਰੇ ਦਾ ਕਸਟਮਰ ਆ ਮੈਂ ਬੇਟਾ ਮੈਂ ਕੰਬਲ ਧੋਣੇ ਇਹ ਕੰਬਲ ਹੋਰ ਤਰ੍ਹਾਂ ਦਾ ਹੈ ਹੋਰ ਤਰ੍ਹਾਂ ਦਾ ਆਹ ਲੈ ਲਓ ਨਾ ਤੁਸੀਂ ਉਹ ਦੇ ਦਿਓ ਸਾਨੂੰ ਆਹ ਲੈ ਲਓ ਉਸਤਾਦ ਜੀ ਲੈ ਲਓ ਕਿੰਨੀ ਬੋਣ ਦੀ ਇਹਦੇ ਵਿੱਚੋਂ ਆ ਨਹੀਂ ਇਹ ਤਾਂ ਮੇਰੇ ਖਿਆਲ ਘਰਦਾ ਕੰਬਲ ਇਹ ਘਰੋਂ ਲਿਆਂਦਾ ਨਾ ਆਪਣਾ ਤੇਰੀ ਬੋਣ ਦੀ ਉਹ ਨਹੀਂ ਬੇਟਾ ਸਕੂਨ ਨਾ ਪੈ ਬਹੁਤੀਆਂ ਗੱਲਾਂ ਨਾ ਕਰ ਘਰ ਪਤਾ ਨਹੀਂ ਤੂੰ ਕਿੱਦਾਂ ਪੈਂਦਾ ਹੈ ਉਹ ਕਾਸਮ ਕਿੱਥੇ ਰਹਿ ਗਿਆ ਜਿਹੜਾ ਕਾਸਮ ਆ ਕਾਸਮ ਹੀ ਆਇਆ ਨਹੀਂ ਨਹੀਂ ਇਹ ਤਾਂ ਜ਼ਹਿਨ ਕਾਸਮ ਤੇ ਜੇ ਆਣਾ ਜਿਹੜਾ ਕਾਸਮ ਹੈ ਯਾਰ ਤੈਨੂੰ ਬਾਹਰ ਹੀ ਖਿਲਾ ਰਹੇ ਆ ਤੂੰ ਯਾਰ ਬਾਹਰ ਖਲੋਤਾ ਰਹਿੰਦਾ ਯਾਰ ਤੈਨੂੰ ਆਵਾਜ਼ ਤਾਂ ਦੇਣੀ ਸੀ ਆਵਾਜ਼ ਕਿਉਂ ਦੇਣੀ ਸੀ ਕੀ ਗੱਲ ਇੱਕ ਮਿੰਟ ਜ਼ਰਾ ਸਬਰ ਕਰ ਇਹ ਤਾਂ ਭਤੀਜਾ ਮੇਰਾ ਕਾਸਮ ਪ੍ਰਮੋਟਰ ਉਹ ਪਤਾ ਕਿਉਂ ਉਹਦੇ ਥੋੜ੍ਹੀ ਜਿਹੀ ਇੱਜ਼ਤ ਨਾਲ ਮੇਰਾ ਭਰਾ ਉਹਨੇ ਸ਼ੋਅ ਕਰਾਉਣਾ ਭਾਈ ਨੇ ਤਾਂ ਕੋਈ ਗੱਲ ਨਹੀਂ ਹੈਗੀ ਵੈਸੇ ਤੇਰੇ ਕੋਲ ਅਗਲੇ ਮਹੀਨੇ ਤੇਰਾ ਪਤਾ ਕੀ ਗੱਲ ਆ ਮੈਂ ਦੋ ਸ਼ੋਅ ਕੀਤੇ ਆ ਤੁਸੀਂ ਸਿਰ ਮੱਤੇ ਤੋਂ ਮਾਈ ਬਾਪ ਹੋ ਲੇਕਿਨ ਇੱਦਾਂ ਨਹੀਂ ਮੁਨਾਸਬ ਹੁੰਦਾ ਹੈਗਾ ਉਹ ਕਾਸਮ ਹੈ ਮੈਂ ਤਾਂ ਸੌ ਗੱਲ ਕਰ ਰਿਹਾ ਕਮਰ ਖਲੋ ਯਾਰ ਬਹਿਨੋਈ ਆ ਤੇਰਾ
ਗੱਲ ਵੀ ਕਿਸੇ ਨੇ ਸਾਡੀ ਉਹਨੂੰ ਹੁਣ ਕੱਲੇ ਨੂੰ ਬਾਹਰ ਕੱਲੇ ਨੂੰ ਯਾਰ ਉਹ ਤੇਰਾ ਜ਼ੇਵਰ ਲੈ ਕੇ ਬੈਠਾ ਆ ਆਹਸਤਾ ਆਹਸਤਾ ਬੋਲੋ ਆਪਣੀ ਤਸਲੀਮ ਲੈ ਗਿਆ ਇੱਜ਼ਤ ਦੇ ਬੰਦੇ ਵੀ ਤੇਰਾ ਜ਼ੇਵਰ ਫੜ ਕੇ ਬੈਠਾ ਉਹਨੇ ਸ਼ੋਅ ਕਰਾਉਣਾ ਸਾਡਾ ਯਾਰ ਉਹਨੂੰ ਜਾਂਦੇ ਸਰ ਅਸੀਂ ਆਏ ਆ ਭਾਜੀ ਸ਼ੋਅ ਤੁਸੀਂ ਕਰਨਾ ਸਾਨੂੰ ਕਾਹਦਾ ਵਕਤ ਪਾਇਆ ਪੁੱਤਰ ਅਗਲੇ ਮਹੀਨੇ ਤੇਰਾ ਵੀ ਸ਼ੋਅ ਰੱਖਿਆ ਉਹਨੇ ਨਹੀਂ ਮੇਰਾ ਕਾਹਦੇ ਰੱਖਿਆ ਮੇਰਾ ਨਾਂ ਰੱਖਿਆ ਬੰਦੇ ਨਾਲ ਬਣਾਈ ਦੀ ਹੁੰਦੀ ਜੇ ਉਹ ਕੰਮ ਲੱਭੀਦਾ ਇਸ ਤਰ੍ਹਾਂ ਉਹਦੇ ਸਾਹਮਣੇ ਨਾ ਜੀ ਸਾਹਿਬ ਤੁਹਾਡੇ ਹਾਲ ਚੱਲੀਏ ਤੁਹਾਡੇ ਘਰਾਂ ਦੇ ਜਿੰਨ ਆਉਣ ਲੱਗ ਪੈਂਦੇ ਭੂਤ ਆ ਗਿਆ ਸੌਵੀ ਨਾ ਆ ਹੋ ਜਾਂਦਾ ਆ ਹੋ ਠੀਕ ਹੋ ਗਿਆ ਹੁਣ ਤੂੰ ਆਪੇ ਤੈਨੂੰ ਕਹਿ ਠੀਕ ਹੀ ਹੋਣਾ ਜਦ ਤੂੰ ਸਾਡੇ ਕੋਲ ਸੌ ਗਏ ਹੋ ਬਾਬਾ ਜੀ ਕੋ ਮੈਂ ਦਮ ਕਰਾ ਠੀਕ ਹੋ ਗਿਆ ਉਦੋਂ ਦਮ ਨਹੀਂ ਸੀ ਹੁੰਦਾ ਹੈਗਾ ਸਾਰੀ ਰਾਤ ਅਸੀਂ ਖਲੋ ਕੇ ਕੱਢੀ ਉੱਥੇ ਜੋ ਨਨਕਾਣੇ ਦੀ ਬਸ ਜੀ ਜਾਣ ਲਏ ਤੇਰਾ ਘਰ ਮਤਲਬ ਮੈਂ ਤੈਨੂੰ ਕਦੇ ਕਿਹਾ ਤੂੰ ਰਹਿ ਤੁਸੀਂ ਰਵੋ ਤੁਹਾਨੂੰ ਸੌ ਬਿਸਮਿਲਾ ਤੁਹਾਨੂੰ ਫਿਰ ਗੱਲ ਗਲਤ ਨਾ ਕਰੋ ਸਾਜੀ ਮੇਰੀ ਤੁਹਾਨੂੰ ਦੇ ਦਿੱਤਾ ਹੈ ਕਮਰਾ ਤੁਸੀਂ ਰਵੋ ਕੋਈ ਐਸਾ ਮਸਲਾ ਇੱਕ ਮਿੰਟ ਖਲੋ ਯਾਰ ਇਹੋ ਜਿਹੀਆਂ ਗੱਲਾਂ ਰੇਡੀਓ ਲੱਗਾ ਹੁੰਦਾ ਇਹੋ ਜਿਹੀਆਂ ਗੱਲਾਂ ਹੁਣ ਸੁਣ ਲਓ ਉਹਦੇ ਹੁੰਦਿਆਂ ਨਾ ਕਰਿਓ ਤੁਹਾਡੀ ਮਿਹਰਬਾਨੀ ਪ੍ਰਮੋਟਰ ਬੁਲਾ ਕਾਸਮ ਨੂੰ ਬੁਲਾ ਹੀ ਲਓ ਮੈਂ ਕਿਹਨਾਂ ਉਹਨਾਂ ਨੂੰ ਸਰ ਬੁਲਾ ਲਾਦਾ ਯਾਰ ਕਿਹਦੀ ਜਗ੍ਹਾ ਮੈਂ ਕਰਤਾ ਭਾਈ ਕਾਸਮ ਭਾਈ ਅਸਲਾਮ ਅਲੈਕੁਮ ਵਾਲੇਕੁਮ ਕਾਸਮ ਸਾਹਿਬ ਤਸਲੀਮ ਭਾਈ ਤਸਲੀਮ ਸਾਹਿਬ ਕੀ ਹਾਲ ਹੈ ਠੀਕ ਠਾਕ ਅਗਲੇ ਮਹੀਨੇ ਇਹਨਾਂ ਦਾ ਸ਼ੋਅ ਰੱਖਣਾ ਹੀ ਉੱਥੇ ਕਿੱਥੇ ਸਰਗੋਧੇ ਹੋ ਗਿਆ ਡਨ ਲੈ ਡਨ ਹੋ ਗਿਆ ਗੱਡੀ ਇਹਨਾਂ ਨੂੰ ਦੇਣੀ ਹੈ ਸਪੈਸ਼ਲ ਠੀਕ ਹੈ ਗੱਡੀ ਇਹਨਾਂ ਨੂੰ ਲੈ ਕੇ ਜਾਏ ਗੱਡੀ ਇੱਥੇ ਛੱਡ ਕੇ ਜਾਏ ਠੀਕ ਹੋ ਗਿਆ ਠੀਕ ਹੈ ਤੁਰਦੇ ਹੀ ਇੱਦਾਂ ਜੇ ਤੁਹਾਡੇ ਪੈਰ 'ਚ ਧਾਗਾ ਫਸਿਆ ਹੈ ਅੱਛਾ ਕਾਸਮ ਭਾਈ ਜਿਹੜੇ ਨੇ ਨਾ ਸਰਗੋਧੇ ਦਾ ਮਤਲਬ ਮਾਸ਼ਾਅੱਲਾ ਵਾਲਾ ਜ਼ਿੰਦਗੀ ਸੇਧ ਹੈ ਮਤਲਬ ਅਸੀਂ ਇਹਨਾਂ ਦੀ ਪਿੱਠ ਪਿੱਛੇ ਵੀ ਗੱਲ ਕਰੀ ਦੀ ਇਹ ਵਨ ਪ੍ਰੋਡਿਊਸਰ ਜੋ ਪੈਸੇ ਤੈਅ ਕਰ ਲੈ ਇੱਕ ਰੁਪਈਆ ਨੂੰ ਛੁਡਾਉਣਾ ਨਾ ਮਾਰਨਾ ਬਲਕਿ ਆਰਟਿਸਟ ਨੂੰ ਵੱਧ ਪੈਸੇ ਦੇਣੇ ਕਈ ਵਾਰੀ ਤੇ ਅੱਗੇ ਕੰਮ ਨਾ ਵੀ ਨਾ ਹੋਵੇ ਡੇਟ ਇੱਧਰ ਉੱਧਰ ਪ੍ਰੋਡਿਊਸਰ ਲੈ ਲੈਂਦੇ ਜੁੱਤੀ ਨਾਲ ਜਰਾਬਾਂ ਪਾ ਕੇ ਉਹਨੇ ਨੇ 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 ਇਹ ਫੰਕਸ਼ਨ ਤੇ ਚੱਲਾ ਜਾਂ ਤਾਰ ਠੀਕ ਕਰਨਾ ਆ ਕੀ ਸਾਹਿਬ ਇਹਨਾਂ ਨੂੰ ਸਮਝਾਓ ਮਤਲਬ ਕਿ ਨਹੀਂ ਉਹ ਮਜ਼ਾਕ ਨਹੀਂ ਮੈਂ ਵੈਸੇ ਗੱਲ ਕੀਤੀ ਕਾਮੇਡੀ ਕਰ ਨਹੀਂ ਉਸ ਗੱਲ ਨੂੰ ਦੂਰ ਜਾਣਾ ਆ ਤੇ ਤੁਸੀਂ ਤੂੰ ਬੰਦ ਜੁੱਤੀ ਪਾ ਲਓ ਉਹਨਾਂ ਦੇ ਗੱਡੀ 'ਚ ਜਾਂ ਪੂਰੀ ਨਹੀਂ ਆਉਂਦੀ ਹੈਗੀ ਨਹੀਂ ਤੇ ਪੈਰ ਹੋਣਾ ਇੰਨਾ ਤਸਲੀਮ ਗੱਡੀ 'ਚ ਬੈਠੇ ਸਨ ਨਾ ਅਤੇ ਉਹ ਚੱਪਲ ਉਹਨਾਂ ਨੇ ਪਾ ਲਈ ਰਫ ਜੇ ਪੈਰ ਘੁੱਟਦਾ ਸੀ ਬੂਟ ਅਤੇ ਉਹ ਨਾ ਗੱਡੀ 'ਚ ਬੂਟ ਪਏ ਨੇ ਉਹ ਐਵੇਂ ਰਫ ਚੱਪਲ ਪਾ ਲਈ ਉਹਨਾਂ ਨੇ 5500 ਦੇ ਬੂਟ ਲਏ ਨਵੇਂ ਉਹਨਾਂ ਨੇ ਇਹਨਾਂ ਨੇ ਇਹਨਾਂ ਨੇ ਸਰ ਮੇਰੀ ਗੱਲ ਕਰ ਰਹੇ ਤਸਲੀਮ ਸਾਹਿਬ ਸਰਗੋਧੇ 'ਚ ਨਾ ਇੱਕ ਮਾਸ਼ਾਅੱਲਾ ਲੈ ਕਮਰਾ ਆਪਾਂ ਲੈਦਾ ਕਰਵਾ ਲੈਂਦੇ ਹੈ ਕਮਰਾ ਲੈਦਾ ਕਰਵਾ ਦਿੰਦੇ ਆ ਮਤਲਬ ਕਿ ਉਹ ਆਪਣਾ ਜ਼ਰਾ ਪੁੱਛ ਜ਼ਰਾ ਰਿਸੈਪਸ਼ਨ 'ਤੇ ਆਪਣਾ ਫੋਨ ਕਰਕੇ ਅੱਛਾ ਜੀ 05 ਮਲਾ 05 ਹੁਣ ਕਹ ਯਾਰ ਸਾਹਮਣੇ ਕਮਰਾ ਆ ਦਿੰਦੇ ਆ ਤੰਗ ਤੂੰ ਹੈਗਾ ਆ ਭਾਈ ਖਾਣਾ ਪੀਣਾ ਕੀ ਹੈ ਬਿਲਾ ਇਹ ਨਹੀਂ ਬਾਤ ਤੇਰਾ ਹੀ ਹੈ ਸਾਰਾ ਨਹੀਂ ਖਾਣਾ ਛਾਣਾ ਕੋ ਬਿਲਾ ਤੇ ਕਰ ਲੋ 10 ਮਿੰਟ ਪਹਿਲੇ ਆ ਇਹ ਬੜੀ ਗੱਲ ਹੈ ਪੁੱਛ ਯਾਰ ਉੱਥੋਂ ਕਮਰਾ ਭਾਜੀ ਜੀ 20 ਮਿੰਟ ਬੈਠੋ 10 ਮਿੰਟ ਦੀ ਕਿਹੜੀ ਗੱਲ ਸਲਾਮ ਅਲੈਕੁਮ ਹਾਂਜੀ ਤਸਲੀਮ ਸਾਹਿਬ ਦੇ ਕਮਰੇ 'ਚ ਬੋਲ ਰਹੇ ਹਾਂ ਇਹਦੇ ਲਾਗੇ ਲਾਗੇ ਕੋਈ ਕਮਰਾ ਹੈਗਾ ਨਾਲ ਦਾ ਜਾਂ ਸਾਹਮਣਾ ਥੱਲੇ ਵੀ ਦੇ ਦਿਓ ਕੋਈ ਨਹੀਂ ਖੈਰ ਹੈ ਆਪਾਂ ਥੱਲੇ ਦੇ ਦੇ ਦੇਣਾ ਹੋਣੇ ਆ ਤਸਲੀਮ ਭਾਈ ਨਾਲ ਗੱਲ ਕਰਾਂ ਥੱਲੇ ਮੈਂ ਤੂੰ ਤਰਾ ਕਹਿ ਤੇਰੀ ਤਰਾ ਆਪਣਾ ਉਹਨਾਂ ਕਹਿੰਦੇ ਥੱਲੇ ਕਮਰੇ ਛੋਟੇ ਆ ਤੇ ਉੱਤੇ ਵੱਡੇ ਆ ਤਸਲੀਮ ਭਾਈ ਦਾ ਯਾਰ ਤੁਸੀਂ ਦੌੜ ਕੇ ਸੌਣਾ ਆ ਕੈਸੀ ਗੱਲ ਕਰਨੇ ਆ ਭਾਈ ਨਾਲ ਗੱਲ ਕਰਾ ਨਾ ਦੱਸ ਕੇ ਸੌਣਾ ਬੜਾ ਔਰ ਉਹ ਤਰਾ ਕਹਿ ਦੇ ਉਹਨਾਂ ਨੂੰ ਕਮਰੇ ਦਾ ਅੱਛਾ ਜੀ ਆ ਗੱਲ ਕਰਿਓ ਭਾਈ ਤਸਲੀਮ ਸਾਹਿਬ ਹਾਂਜੀ ਜ਼ੁਬੈਰ ਸਾਹਿਬ ਸਰ ਭਾਈ ਨਾਲ ਆਏ ਨੇ ਅਤੇ ਕਮਰਾ ਇਹਨਾਂ ਨੂੰ ਥੱਲੇ ਦਿਓ ਹਰ ਸੂਰਤ 'ਤੇ ਉਹ ਪੇਮੈਂਟ ਪਹਿਲੇ ਕਰ ਦਿਆਂਗੇ ਅਸੀਂ ਹੈ ਅਤੇ ਕੋਈ ਨਹੀਂ ਉਹ ਪੇਮੈਂਟ ਤੁਹਾਨੂੰ ਦੇ ਦਿੰਦੇ ਅਤੇ ਇਹਨਾਂ ਨੂੰ ਕਮਰਾ ਦੇ ਦਿਓ ਉਹ ਕੋਈ ਨਹੀਂ ਉਹਨੂੰ ਉਠਾਲ ਦਿਓ ਤੁਸੀਂ ਖੈਰ ਆ ਗੁਜ਼ਾਰਾ ਹੀ ਕਰਨਾ ਕੋਈ ਮਸਲਾ ਨਹੀਂ ਕਰਦੇ ਯਾਰ ਤੇਰੀ ਮਿਹਰਬਾਨੀ ਹੈ ਪਤਾ ਕੀ ਹੈ ਤਾਂ ਕੰਮ ਮਹਿਮਾਨ ਜ਼ਿਆਦਾ ਹੈ ਅਤੇ ਕਮਰਾ ਡਬਲ ਪੈਸੇ ਲੈ ਲੂੰਗਾ ਸੋਹਣਾ ਉਹਨਾਂ ਨੇ ਕੀ ਕਰਨਾ ਯਾਰ ਗਲਤ ਕਮਰੇ ਦੀ ਹੋਣ ਆ ਤੈਨੂੰ ਜਦੋਂ ਤੇਰੇ ਨਾਲ ਕੰਮ ਪਿਆ ਤੂੰ ਇੱਦਾਂ ਦਾ ਜਵਾਬ ਦਿੱਤਾ ਹੈ ਸਵੇਰੇ ਲੈ ਲਈ ਸਵੇਰੇ ਲੈ ਲਈ ਸਵੇਰੇ ਕਿਹੜਾ ਟਾਈਮ ਹੁੰਦਾ ਕਮਰਾ ਲੈਣ ਦਾ ਜੀ ਸਵੇਰੇ ਤਾਂ ਚਲੇ ਜਾਣਾ ਅਸੀਂ ਸਵੇਰੇ ਤਾਂ ਚਲੇ ਜਾਣਾ ਉਹਨਾਂ ਅਸੀਂ ਉਹਨੂੰ ਛਾਪਰ 'ਚ ਪਾ ਕੇ ਲੈ ਕੇ ਜਾਣਾ ਨਾਲ ਦੇ ਕੋ ਹੈ ਗੁੰਜਾਇਸ਼ ਕੋਈ ਛੋਟਾ ਜਿਹਾ ਵੀ ਹੋਵੇ ਗੁਜ਼ਾਰਾ ਕਰ ਲਾਂਗੇ ਅਸੀਂ ਕੋਈ ਛੋਟਾ ਜਿਹਾ ਦੇ ਦੇ ਹੈਗਾ ਤਾਂ ਕੋਈ ਜ਼ਰੂਰਤ ਨਹੀਂ ਪੈਂਦਾ ਉੱਤੇ ਸੌ ਜਾਣਗੇ ਹਾਂ ਅਸੀਂ ਸੌਣਾ ਬਸ ਹਾਂ ਹੋਰ ਛੋਟਾ ਕੋਈ ਦੇਖ ਲਾ ਖਲੋ ਕੇ ਸੌ ਜਾਣਗੇ ਪੌੜੀਆਂ ਥੱਲੇ ਬਿਸਤਰਾ ਕਰ ਦਿਓ ਸਾਨੂੰ ਹਾਂ ਸਾਈਕਲ ਦੀ ਬਿਸਤਰਾ ਕਰਾ ਦਿਓ ਜੀ ਤੇ ਕੁੱਤੀ ਸੂਈ ਆ ਉੱਥੇ ਯਾਰ ਤੁਸੀਂ ਬੰਦੇ ਆ ਤੁਸੀਂ ਕਮਰੇ 'ਚ ਸੌਣਾ ਹੈ ਕੈਸੀ ਗੱਲ ਕਰੀ ਜਾ ਰਹੇ ਜਿੱਦਾਂ ਮੈਂ ਕਿਹਾ ਲੱਗੇ ਸਾਈਕਲ ਦੀ ਬਿਸਤਰਾ ਕਰਾ ਚਲੋ ਕੋਈ ਦੇਖੋ ਕਮਰਾ ਆਇਆ ਤਾਂ ਤੁਹਾਡੇ ਮੂਵੀ ਤੇਰਾ ਕੀ ਹੈ ਨਹੀਂ ਹੈਗਾ ਚਲੋ ਵਿੱਕੀ ਸਾਹਿਬ ਇੱਥੇ ਹੀ ਸੋ ਜਾਂਦੇ ਆ ਵਿੱਕੀ ਸਾਹਿਬ ਕਿਹੜੀ ਗੱਲ ਕਰਦਾ ਉਹ ਨਾ ਤਸਲੀਮ ਕੰਮ ਕਰ ਲੈ ਤਸਲੀਮ ਹਾਂਜੀ ਇਦਾਂ ਕਰ ਅਸੀਂ ਜ਼ਿਆਦਾ ਬੰਦੇ ਆ ਤੂੰ ਪਤਾ ਕਰ ਤੂੰ ਇਹਦੇ ਤੇ ਸਿੰਗਲ ਤੇ ਆ ਜਾ ਅਸੀਂ ਇਹਦੇ ਤਿੰਨ ਜਣੇ ਇਹਦੇ ਤੇ ਹੋ ਜਾ ਠੀਕ ਆ
ਇੱਕ ਮੈਟਰਸ ਬਾਹਰ ਉਹਨੂੰ ਮੈਂ ਫੋਨ ਕਰ ਦੂੰਗਾ ਮੈਟਰਸ ਤੇ ਦੇ ਦੇਣਾ ਤੂੰ ਇੱਧਰ ਆ ਜਾ ਤਸਲੀਮ ਮੈਟਰਸ ਦੇ ਦੇ ਜਾ ਮੈਟਰਸ ਦਾ ਮਗਾ ਇੱਕ ਮੈਟਰਸ ਦਾ ਕਰ ਉਹਨੂੰ ਗਿਆ ਤੂੰ ਕਹ ਮੈਟਰਸ ਤੇ ਦੇ ਦੇ ਯਾਰ 05 ਸੀ ਨਾ ਤਸਲੀਮ ਹਾਂ 05 ਤਸਲੀਮ ਤੂੰ ਇੱਧਰ ਆ ਜਾ ਯਾਰ ਕੀ ਬੰਦਾ ਮੈਨੂੰ ਸਮਝ ਨਹੀਂ ਅਸਲਾਮ ਅਲੈਕਮ ਭਾਈ ਆ 3 ਨੰਬਰ ਕਮਰੇ ਵਿੱਚ ਤਸਲੀਮ ਸਾਹਿਬ ਵਾਲੇ ਕਮਰੇ 'ਚ ਇੱਕ ਮੈਟਰਸ ਚਾਹੀਦਾ ਵਾ ਇਸ ਤਰ੍ਹਾਂ ਉਹ ਕੰਬਲਾ ਵੱਡਾ ਇੱਧਰ ਚਲੋ ਮੈਂ ਲੈ ਲਾਂਗਾ ਓਕੇ ਇੱਧਰ ਕਰੋ ਨਾ ਸਾਰੇ ਕਹਿੰਦੇ ਮੁੰਡਾ ਕੋਈ ਨਹੀਂ ਹੈਗਾ ਆਪ ਆਣ ਕੇ ਲਾਈਓ ਮੈਂ ਲੈ ਕੇ ਉਹਨਾਂ ਚੱਲ ਲੈ ਕੇ ਜਾ ਕੇ ਮੈਟਰਸ ਫੜ ਲਿਆ ਆਵਾਂ ਨਾਲ ਮੈਂ ਨਹੀਂ ਮੈਂ ਮੈਟਰਸ ਲੈਣ ਦਾ ਕੋਈ ਨਹੀਂ ਜਿਹੜਾ ਉਹਨੇ ਮੰਜੇ ਸਮੇਤ ਦੇਣਾ ਹਾਂ ਆ ਜਾ ਤੁਸੀਂ ਇੱਧਰ ਆ ਜਾ ਅੱਛਾ ਅਸੀਂ ਦੋ ਇਹਦੇ ਤੇ ਹੋ ਜਾਣਗੇ ਤੁਸੀਂ ਦੋ ਜਿਹੜੇ ਮੈਟਰਸ ਤੇ ਅਸੀਂ ਮੈਟਰਸ ਤੇ ਹੋਏ ਆ ਠੀਕ ਆ ਸ਼ੁਕਰ ਕਰੋ ਅੱਲਾ ਦਾ ਦੇਖੋ ਆਪਣੇ ਕਿਧਰੇ ਹੋਣ ਨਾ ਤੇ ਕੰਮ ਆ ਜਾਂਦੇ ਨੇ ਪੁੱਤਰ ਤੂੰ ਜੈਕਟ ਲਾ ਲਾ ਤੂੰ ਸੁੱਤੇ ਪਏ ਬਾਜ਼ਾਰ ਜਾਣਾ ਉਹ ਬਸ ਅੱਜ ਥੱਕਿਆ ਬਹੁਤ ਕੰਮ ਕੀਤਾ ਅੱਜ ਲੈ ਥੱਕਿਆ ਤੂੰ ਡਾ ਬਣਾਉਣਾ ਆਉਣੇ ਆ ਇੱਥੇ ਪਿਛਾਓ ਇੱਧਰ ਕਿਸਾ ਗੱਡੀ ਚੜ੍ਹ ਆਉਂਦਾ ਦੱਸਿਆ ਮੈਂ ਕਿਹਾ ਬੜੇ ਵੱਡੇ ਪ੍ਰਮੋਟਰ ਨੇ ਇੱਥੇ ਪਿਛਾਓ ਸਹੀ ਤਰ੍ਹਾਂ ਹੁਣ ਕਿਦਾਂ ਤੈਨੂੰ ਦੱਸ ਦੀ ਆ ਫੜਿਆ ਚਾਦਰ ਪਿਛਾਓ ਯਾਰ ਆ ਫੇ ਕੰਬਲ ਆ ਲਈ ਭਾਜੀ ਜੈਕਟ 'ਚ ਕੁਛ ਹੈ ਤਾਂ ਨਹੀਂ ਉਹ ਬੰਦਾ ਬੇਤਵਾਰ ਆ ਗਿਆ ਜਿੰਨੇ ਜਾ ਜਾਂਦੇ ਆ ਜਿੰਨ ਆ ਗਿਆ ਉਹ ਕਿਤੇ ਕਤਲ ਹੋਇਆ ਆ ਰੂਹਾਂ ਫਿਰਦੀਆਂ ਇੱਥੇ ਬੜਾ ਤੇ ਬੜਾ ਇੱਦਾਂ ਅਤੇ ਆਪਣੇ ਵਾਰੀ ਰੂਹਾਂ ਲੈ ਕੇ ਆ ਜਾਂਦੇ ਇੱਦਾਂ ਨਹੀਂ ਕਿਸੇ ਨੂੰ ਗੱਲ ਪਤਾ ਕੀ ਅੱਛਾ ਨਹੀਂ ਲੱਗਦਾ ਐਕਸਰਾਣਾ ਦੇ ਦੇ ਥੱਲੇ ਭਾਜੀ ਤੁਸੀਂ ਦਾਖਲ ਲਓ ਕੈਸੀ ਗੱਲ ਕਰੀ ਜਾਂਦੇ ਵੀ ਤੁਹਾਨੂੰ 5 ਮਿੰਟ ਬਾਅਦ ਟ੍ਰਿਪਾ ਲੱਗ ਜਾਣੀ ਹੈ ਤੁਹਾਨੂੰ ਵੱਡੇ ਡਾਕਟਰ ਨੇ ਚੈੱਕ ਕਰ ਓਏ ਕਿੱਥੇ ਸੁੱਤਾ ਜਾਣਾ ਉਸਤਾਦ ਜੀ ਥੋੜਾ ਜਿਹਾ ਅੱਖ ਲੱਗ ਜਾਏਗੀ ਬੁਰਾ ਸੌਂਦਾ ਉਸਤਾਦ ਜੀ ਮੇਰੇ ਨੇ ਢਿੱਡ 'ਚ ਗੋਡੇ ਨੂੰ ਗੁਜ਼ਾਰਾ ਕਰਨਾ ਰਾਤ ਕੱਢਣੀ ਮੇਰਾ ਢਿੱਡ ਜ਼ਖਮੀ ਹੈ ਗੋਡੇ ਮਾਰ ਕੇ ਟਾਂਕੇ ਖੁੱਲ ਜਾਣੇ ਤੇਰੇ ਮੇਰੇ ਨਾਲ ਹੀ ਪੈਣਾ ਹੈਗਾ ਬੜੇ ਘਰਾਟੇ ਮਾਰ ਦੋ ਸਾਈਡ ਤੋਂ ਤੇਰੇ ਨਾਲ ਕਿਉਂ ਨਹੀਂ ਪੈਣਾ ਤੂੰ ਸੜਿਆ ਹੈ ਯਾਰ ਯਾਰ ਗੁਜ਼ਾਰਾ ਕਰੋ ਪੁੱਤਰ ਜਾਣ ਦਿਓ ਇਹਨੂੰ ਤੇ ਡਬਲ ਬੈੱਡ ਵੀ ਥੋੜਾ ਵਾ ਤੁਹਾਨੂੰ ਚੰਗਾ ਭਲਾ ਪਤਾ ਕਿ ਉਹ ਨੀਂਦ ਪੂਰੀ ਕਰਨਾ ਸੀ ਉਹਨੇ ਹੋਟਲ ਦਾ ਕਮਰਾ ਲਿਆ ਆਪਾਂ ਉਹਨੂੰ ਹੋਰ ਡਿਸਟਰਬ ਕਰੀ ਜਾ ਉਸਤਾਦ ਜੀ ਬੜੇ ਘਰਾਟੇ ਮਾਰਦਾ ਸੁੱਤਾ ਪਿਆ ਫਸਲ ਬੀਜਣ ਦਿਆ ਇਹਦਾ ਘਰਾਟੇ ਮਾਰਦਾ ਤੂੰ ਖਾਬ ਦੇ ਵਿੱਚ ਕਿਤੇ ਦਿਲ ਰੱਖਣ ਡਿਆ ਹੁੰਦਾ ਹੈ ਤੰਗ ਨਾ ਕਰੋ ਉਹਨੂੰ ਗੱਲ ਗਲਤ ਕਰੀ ਜਾ ਰਿਹਾ ਉਹਨੂੰ ਪਾਰ ਨਾਲ ਇੱਥੇ ਸੌਣ ਦਿਓ ਪ੍ਰਾਣ ਜਾ ਯਾਰ ਉੱਠੋ ਤੇ ਪੈ ਕੇ ਤੈਨੂੰ ਸੌਣ ਦੇ ਮੋਢੇ ਘੁੱਟ ਤਸਲੀਮ ਭਾਈ ਦੇ ਥੋੜ੍ਹੀ ਦੇਰ ਹਾਂ ਨਹੀਂ ਮੋਢੇ ਕਰ ਭਾਈ ਮੈਂ ਕਿਹੜਾ ਕਮਰੇ 'ਚ 1000 ਇੱਟ ਸਿੱਟ ਕੇ ਹਟਿਆ ਜਾ ਉੱਥੇ ਸੌਂ ਯਾਰ ਉਸਤਾਦ ਜੀ ਉਹ ਨਹੀਂ ਉਹ ਬਹੁਤ ਗਲਤ ਜਾ ਯਾਰ ਉੱਥੇ ਸੌਂ ਤੇਰੀ ਮਿਹਰਬਾਨੀ ਨਾਲੇ ਸਰਾਣਾ ਇਹਨੂੰ ਸਿੱਟ ਇੱਕ ਅੱਲਾ ਸਰਾਣਾ ਦੇ ਪੁੱਤਰ ਇੱਕ ਉਹਨੂੰ ਸਰਾਣਾ ਆ ਵੀ ਲੈ ਚਲੋ ਤਸਲੀਮ ਦਾ ਦੋ ਚਾਰ ਘੰਟੇ ਦੀ ਗੱਲ ਆ ਚਾਰ ਦਿਨ ਰਹਿਣਾ ਦੋ ਚਾਰ ਘੰਟੇ ਲੱਕ ਸਿੱਧਾ ਕਰਨਾ ਚਲੇ ਜਾਣਾ ਸਵੇਰੇ ਅਸੀਂ ਇਨਸ਼ਾਅੱਲਾ ਤਾਲਾ 7:30 ਨਿਕਲ ਜਾਣਾ ਆਪਣਾ ਟਾਈਮ ਸਹੀ ਕਰੋ 7:30-11 ਕਿੱਥੇ 4 ਘੰਟੇ ਦਾ ਫਰਕ ਪਾਉਣ ਡਏ ਮੈਂ ਟਾਈਮ ਪੀਸ ਵੀ ਨਹੀਂ ਗਲਤ ਲੱਗਾ ਹੈਗਾ ਕਿਹੜੀ ਤੇਰੀ ਐਡੀ ਜੰਪਾਂ ਵਾਲੀ ਘੜੀ ਹੈ ਵੀ ਜਿਹੜੀ 7:00-11 ਤੇ ਡਿੱਗਦੀ ਹੈ ਟਾਈਮ 7 ਵਜੇ 7:30 ਹੁੰਦੇ 11 ਕਿੱਥੇ ਆ ਗਏ ਮੈਂ 8 ਵਜੇ ਚਲ ਜਾਣਾ ਤੁਸੀਂ 11 ਵਜੇ ਕਿੱਦਾਂ ਚਲੇ ਜਾਣਾ ਨਾ ਗੱਲ ਨਾ ਬਾਤ ਆਪਣੇ ਤੌਰ 'ਤੇ ਟਾਈਮ ਰੱਖੀ ਜਾਣ ਡਏ ਤਾਂ ਜੀ ਹੁਣ ਅਸੀਂ ਸੌਣਾ ਨਹੀਂ ਤੇ ਸੌਂ ਜਾ ਯਾਰ ਤੂੰ ਕੀ ਗੱਲ ਆ ਇੱਦਾਂ ਹੀ ਰੌਲਾ ਪਾਈ ਜਾਣਾ ਹਾਂ ਸੌਂ ਜਾ ਹੌਲੀ ਬੋਲ ਲਓ ਤੁਸੀਂ ਲੈ ਹੌਲੀ ਕੀ ਗੱਲ ਆ ਆਪਰੇਸ਼ਨ ਹੋਣ ਲੱਗਾ ਵੀ ਤੇਰੇ ਡਾਕਟਰ ਤੇਰੇ ਸਿਰ 'ਤੇ ਖਲੋਤੇ ਸਰ ਪਲੀਜ਼ ਡੋਂਟ ਡਿਸਟਰਬ ਮੀ ਲੈ ਕਿੰਨੀ ਇੰਗਲਿਸ਼ ਸਿਖਾਈ ਘਰ ਟਾਟਾ ਦੇ ਸੌਂਦੇ ਆ ਕੋਈ ਨਹੀਂ ਬੱਚੇ ਆ ਕੋਈ ਗੱਲ ਤੁਸੀਂ ਅੱਖ ਲਾ ਲਓ ਤੁਸੀਂ ਸਭ ਤੋਂ ਪਹਿਲੇ ਉੱਠਣਾ ਸਵੇਰੇ ਤੁਸੀਂ ਉੱਠਣਾ ਵੀ ਸੌਂ ਜਾਓ ਹਾਂ ਮੈਂ ਸੌਂ ਜਾਣਾ ਹਾਂ ਆਪ ਵੀ ਸੌਂ ਜਾਓ ਥੋੜਾ ਜਿਹਾ ਲੱਤ ਨੂੰ ਵੀ ਸਵਾ ਲਓ ਐ ਵੀ ਜਗਰਾਤੇ 'ਚ ਬਹੁਤੇ ਲੰਘ ਨਾ ਮਾਰਨਾ ਪਈਏ ਆਪਣੇ ਵਾਰੀ ਤੁਹਾਡੇ ਘਰਾਂ 'ਚ ਜਿੰਨ ਆ ਜਾਂਦੇ ਆ ਤੁਸੀਂ ਸਾਡਾ ਜੀਣਾ ਮਹਾਲ ਕੀਤਾ ਸੀ ਯਾਰ ਨਹੀਂ ਵਿੱਕੀ ਸਾਹਿਬ ਇਹ ਗੱਲ ਨਹੀਂ ਹੈਗੀ ਪੁੱਤਰ ਸਾਡੇ ਲਾਸ਼ਾਂ ਆ ਐਸਾ ਤੁਸੀਂ ਮੈਨੂੰ ਡਰਾਇਆ ਐਸਾ ਡਰਾਇਆ ਮੈਂ ਘਰ ਆ ਕੇ ਵੀ ਨਹੀਂ ਸੁੱਤਾ ਇਹ ਤਾਂ ਕੋਈ ਗੱਲ ਨਹੀਂ ਹੈ ਕਿ ਤੁਸੀਂ ਇਕੱਲੇ ਆਏ ਤੁਹਾਡੀ ਇੱਜ਼ਤ ਕੀਤੀ ਤੁਹਾਨੂੰ ਕਿਹਾ 500 ਤੁਸੀਂ ਨਾਲ ਉਹ ਵੀ ਲੈ ਆ ਜਾ ਕਾਸਮ ਆ ਜਾ ਫਲਾਨਾ ਧਿਮਕੜਾ ਇਹ ਕੋਈ ਗੱਲ ਹੈ ਭਲਾ ਚੱਲ ਹੁਣ ਮੁਸਾਫਰਖਾਨਾ ਵੀ ਮੰਜੀ ਮਿਲ ਰਹੀ ਹੈ 50 ਰੁਪਏ ਦੀ ਵੀ ਜਿੱਦਾਂ ਮਰਜ਼ੀ ਲਾਈ ਔਰ ਸੌਂ ਕਮਰਾ ਆ ਇਹ ਦੁਆਵਾਂ ਹੀ ਦੇਣਗੇ ਤੈਨੂੰ ਨਹੀਂ ਦੁਆਵਾਂ ਭਾਜੀ ਇਹਨਾਂ ਨੂੰ ਦੁਆਵਾਂ ਇਹਨਾਂ ਨੂੰ ਦੇਣ ਜੋਗੇ ਹੁੰਦੇ ਤੇ ਆਪ ਕਮਰਾ ਨਹੀਂ ਲੈ ਲੈਂਦੇ ਇਹ ਤੇ ਆਪ ਵਿਚਾਰੇ ਉਦਾਂ ਹੀ ਫਿਰਨ ਡੇ ਕਮਰਾ ਹੁੰਦਾ ਤੇ ਤੁਸੀਂ ਲੈ ਲੈਣਾ ਸੀ ਇਸ ਤੇ ਡਬਲ ਪੈਸੇ ਦੇਣ ਨੂੰ ਵੀ ਤਿਆਰ ਨਾ ਕਰਿਆ ਕਰੋ ਇੰਜ ਤੁਹਾਡੀ ਮਿਹਰਬਾਨੀ ਹੈ ਉਹ ਕਿੰਨੇ ਕੁ ਜਣੇ 4 ਤੇ ਜਣੇ ਆਪਾਂ 4 ਜਣੇ ਹੋਰ ਬੁਲਾ ਲਓ ਜਿਹੜੇ ਹੈਗੇ ਉਹਨੂੰ ਬੁਲਾ ਲਾ ਕੈਸਰ ਨੂੰ ਵੀ ਹੈ ਉਹ ਕੈਸਰ ਨੂੰ ਵੀ ਬੁਲਾ ਲਾ ਉਹ ਰਹਿ ਗਿਆ ਡਰਾਈਵਰ ਉਹ ਕੈਸਰ ਉਹ ਡਰਾਈਵਰ ਨੂੰ ਰਹਿੰਦੇ ਕਿਹੜੀ ਬੱਸ ਚਲਾਉਣੀ ਆ ਵੀ ਤੁਸੀਂ ਇੱਥੋਂ ਬਹਿ ਕੇ ਐ ਨੂੰ ਨਿਕਲਣਾ ਹੈ ਡਰਾਈਵਰ ਨੂੰ ਕਾਹਦੇ ਬੁਲਾਈ ਜਾਣ ਡਏ ਸੁਬਾਹ ਲੈ ਕੇ ਜਾਣਾ ਸੁਬਾਹ ਹੀ ਲੈ ਕੇ ਜਾਣਾ ਸੁਬਾਹ ਬੁਲਾ ਲਈ ਤੂੰ
ਤੈਨੂੰ ਹੁਣ ਡਰਾਈਵਰ ਨੇ ਬੱਸ ਲੈ ਕੇ ਆਉਣਾ ਅੰਦਰ ਰਾਜੀ ਉਹਨੂੰ ਸਾਡੇ ਨਾਲ ਬਹੁਤੀ ਆਰਾਮ ਦੀ ਲੋੜ ਆ ਲੈ ਗੱਡੀ ਚਲਾਉਂਦਾ ਸੌ ਗਿਆ ਤੇ ਕੀ ਬਣੇਗਾ ਰਾਜੀ ਗੱਲ ਤੇਰੀ ਸਹੀ ਵੈਸੇ ਬੁਲਾ ਨੂੰ ਕਹਿ ਸਕਦਾ ਇਹਦੇ ਨਾਲ ਤਾਂ ਸੌ ਹੀ ਜਾਵੇ ਮੇਰੇ ਵੱਲੋਂ ਤੂੰ ਸੌ ਜਵੇ ਕਮਰੇ ਨਾਲੋਂ ਸਾਡੀ ਜਾਨ ਅਜ਼ੀਜ਼ ਨਹੀਂ ਹੈ ਸਾਡੀਆਂ ਜਾਨਾਂ 'ਚ ਕੁਛ ਹੋ ਗਿਆ ਡਰਾਈਵਿੰਗ ਕਰਦੇ ਆ ਉਹ ਸੌ ਗਿਆ ਯਾਰ ਤੁਹਾਨੂੰ ਮੇਰੀ ਜਾਨ ਅਜ਼ੀਜ਼ ਨਹੀਂ ਮੈਂ ਸੌਣਾ ਆ ਅੱਲਾ ਤੈਨੂੰ ਜ਼ਿੰਦਗੀ ਦੇ ਫਰੈਸ਼ ਹੈਗਾ ਤੂੰ ਤਸਲੀਮ ਤੁਸੀਂ ਗਮਲੇ ਵਾਲੇ ਕੇ ਮੂੰਹ ਲੈ ਕੇ ਮੇਰੇ ਆਲੇ ਦੁਆਲੇ ਤੁਸੀਂ ਪੈ ਗਏ ਤੁਹਾਨੂੰ ਇਹ ਨਹੀਂ ਪਤਾ ਯਾਰ ਬੰਦੇ ਨੇ ਪੈਸੇ ਲਾਏ ਕਮਰਾ ਲਿਆ ਆ ਇਹ ਕਿਹੜੀ ਗੱਲ ਹੋਈ ਭਲਾ ਯਾਰ ਇੱਕੋ ਹੀ ਗੱਲ ਹੈ ਪੁੱਤ ਤੇਰਾ ਕਪੜਾ ਸਾਡਾ ਕਪੜਾ ਕੋਈ ਫਰਕ ਥੋੜਾ ਇਸ ਗੱਲ ਦੇ ਭਾਜੀ ਇਦਾਂ ਨਹੀਂ ਹੁੰਦੀ ਹੈਗੀ ਵਿਕੀ ਸਾਹਿਬ ਉਹਨੂੰ ਬੁਲਾ ਕੇ ਸਕਦੇ ਮਹਿਮਾਨ ਨੂੰ ਆ ਜੀ ਉਹ ਕੈਸਰ ਯਾਰ ਕਮਰੇ ਦੇ ਆ ਗਏ ਜੀ ਮੌਲਾ ਜੱਟ ਦਾ ਐਂਡ ਹੋਇਆ ਹੁੰਦਾ ਕਮਰੇ 'ਚ ਐਲਰਜੀ ਲੱਗ ਰਹੀ ਮੈਨੂੰ ਥੋੜ੍ਹੀ ਜਿਹੀ ਉਹਨੂੰ ਕਹਿ ਸਕਦੇ ਜਿਹੜਾ ਉਹਨੂੰ ਮੂੰਹ ਆ ਕਿਸੇ ਦੀ ਅੱਖ ਖੁੱਲੀ ਹੈ ਕੋਈ ਲੰਗੜਾ ਆ ਕੋਈ ਕੈਸਰ ਆ ਜਾ ਪੁੱਤਰ ਅੰਦਰ ਆ ਜਾ ਗੱਡੀ ਲਾ ਕਰਦੀ ਹੈ ਹਾਂਜੀ ਗੱਡੀ ਲਾ ਕਰਦੀ ਆ ਜਾ ਬੱਚੀ ਜਵਾਬ ਦੇ ਦੇਣਾ ਜੀ ਤੁਸੀਂ ਕਿਸੇ ਹੋਰ ਜਗ੍ਹਾ ਸੌ ਗਏ ਸੌ ਜਾਓ ਪੈ ਜਾਓ ਤੂੰ ਉੱਥੇ ਲੇਟ ਜਾ ਪਵੋ ਲੇਟ ਜਾ ਤੇਰਾ ਤੇ ਕਮਰਾ ਤੂੰ ਸਵੇਰੇ ਵੀ ਸੌ ਜਾਏਗਾ ਹਾਂ ਤੇ ਕੋਈ ਨਾ ਤੁਸੀਂ ਸੌਵੋ ਕਮਰਾ ਤੁਹਾਡਾ ਹੀ ਹੈ ਮੈਂ ਹੈਰਾਨ ਹਾਂ ਵੀ ਏਡੀ ਜਲਦੀ ਹੈ ਨਾ ਨੀਂਦ ਕਿਸੇ ਨੂੰ ਨਹੀਂ ਆਉਂਦੀ ਯਕਦਮ ਕੰਬਲ ਲਏ ਅੱਖਾਂ ਬੰਦ ਕਰ ਲਈਆਂ ਪਤਾ ਨਹੀਂ ਕੋਈ ਬਾਹਰੋਂ ਸਪਰੇ ਕਰ ਕਰ ਅੰਦਰ ਭੇਜਣ ਡਿਆ ਆ ਤੋ ਵਾਹ ਯਾਰ ਅੱਲਾ ਮੈਂ ਕਿੱਥੇ ਜਾਵਾਂ ਵਿੱਕੀ ਸਾਹਿਬ ਭੁੱਖ ਲੱਗੀ ਹੈ ਬਹੁਤ ਜ਼ਿਆਦਾ ਅੱਜ ਕਿਉਂ ਮੈਂ ਤੁਹਾਨੂੰ ਕਹਿਣਾ ਸਰ ਰਸਤੇ 'ਚ ਕੁਛ ਖਾ ਲਈਏ ਤੁਸੀਂ ਵੀ ਨਹੀਂ ਉੱਥੇ ਜਾ ਕੇ ਖਾਵਾਂਗੇ ਉੱਥੇ ਜਾ ਕੇ ਖਾਵਾਂਗੇ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਤੰਗ ਹੋਣਾ ਸੌਵੋ ਭੁੱਖੇ ਹੁਣ ਕੱਢੋ ਰਾਤ ਦਿਨ ਜੀ ਸੁੱਤਾ ਪਿਆ ਕਿਤੇ ਦੌੜ ਕੇ ਖਾਬ 'ਚ ਦੌੜ ਲਾ ਲਈ ਵੀ ਤੈਨੂੰ ਭੁੱਖ ਲੱਗ ਗਈ ਤੈਨੂੰ ਚਿਕਨ ਲੱਗੇ ਖਾਣ ਨਹੀਂ ਜੀ ਉੱਥੇ ਫੈਸਲਾਬਾਦ ਜਾ ਖਾਵਾਂਗੇ ਖਾ ਲਿਆ ਹੋਣਾ ਫੈਸਲਾਬਾਦ ਪਤਾ ਨਹੀਂ ਤੁਹਾਨੂੰ ਕਿਹਨੇ ਕਿਹਾ ਖਾ ਲਾਂਗੇ ਐਸੀ ਗੱਲ ਮੈਨੂੰ ਲੱਗਦਾ ਇਸ ਕਮਰੇ 'ਚ ਨਾ ਕੁਛ ਹੈ ਵਾ ਮੈਂ ਆਇਆ ਕੱਢ ਦਿਓ ਮੈਨੂੰ ਉੱਠ ਕੇ 40 ਜਣੇ ਉੱਠੋ ਮੈਨੂੰ ਫੜੋ ਮੇਰਾ ਗਿਰੇਬਾਨ ਫੜੋ ਮੇਰੇ ਮੂੰਹ ਦੇ ਥੱਪੜ ਮਾਰ ਕੇ ਮੈਨੂੰ ਬਾਹਰ ਕੱਢ ਦਿਓ ਨਹੀਂ ਨਹੀਂ ਬਤ ਬਾਹਰ ਕੱਢ ਦਿਓ ਮੈਨੂੰ ਤੇਰੇ ਨਾਲ ਕੋਈ ਇੰਜ ਦੀ ਬਤਮੀਜ਼ੀ ਕਰੇ ਮੈਂ ਚਪੇੜਾ ਨਾ ਮਾਰਾ ਮੂੰਹ ਦੇ ਉੱਤੇ ਯਾਰ ਕੌਣ ਬੋਲੀ ਜਾਂਦਾ ਬਾਹਰ ਫੋਨ ਆ ਗਿਆ ਕਰੋ ਵਾਹ ਹਾਂਜੀ ਮੈਂ ਹੋਟਲ 'ਚ ਹੀ ਹਾਂ ਬਸ ਤੁਸੀਂ ਯਾਰ ਲੋਕ ਲਾਸ਼ਾਂ ਸਰਦਖਾਨੇ ਲਾਉਂਦੇ ਮੈਂ ਕੰਬਲਾਂ 'ਚ ਲਾਈਆਂ ਆਇਆ ਬਸ ਹਾਂਜੀ ਮਹਿਮਾਨ ਆਏ ਆ ਜੀ ਮੇਰੇ ਕੋਲ 35-40 ਕਿਸੇ ਕੋਲ ਤੁਰ ਨਹੀਂ ਹੁੰਦਾ ਕੋਈ ਰੰਗ ਦਾ ਕਾਲਾ ਆ ਠੀਕ ਹੈ ਨਾ ਨਾ ਨਕਸ਼ ਰਲਦੇ ਆ ਨਾ ਕੋਈ ਚੀਜ਼ ਰਲਦੀ ਹੈ ਉਹਨਾਂ ਤੋਂ ਖੌਫ ਜ਼ਿਆਦਾ ਹੋ ਕੇ ਮੈਂ ਬੈਠਾ ਆ ਨਾ ਮੈਂ ਜਾਣ ਜੋਗਾ ਨਾ ਮੈਂ ਕੋਈ ਗੱਲ ਨਾ ਬਾਤ ਸੁੱਤੇ ਆ ਤੇਰਾ ਹੈ ਮੈਂ ਤੈਨੂੰ ਕਰਦਾ ਆ ਪਤਾ ਕੀ ਉਹਨਾਂ ਦੀ ਨੀਂਦ ਡਿਸਟਰਬ ਹੋ ਜਾਣੀ ਹੈ ਆ ਸਵੇਰੇ ਸਾਬਕਾ ਬਾਅਦ ਜਾਣਾ ਨਾ ਇਹਨਾਂ ਨੇ ਸਰਗੋਧੇ ਜਾਣਾ ਹੈ ਭਾਅ ਜੀ ਵੱਡੇ ਕਹਿੰਦੇ ਸਰਗੋਧੇ ਜਾਣਾ ਇਹ ਨਾ ਗਲਤੀ ਹੋ ਜਾਂਦੀ ਨੀਂਦ 'ਚ ਗਲਤੀ ਠੀਕ ਕਰਦੇ ਅਗਲੇ ਦੀ ਚਲੋ ਯਾਰ ਨੀਂਦ ਨਹੀਂ ਆਉਂਦੀ ਹੈ ਕਿ ਬਾਹਰ ਚਲ ਜਾਓ ਫਿਰ ਤੈਨੂੰ ਇਸ ਟਾਈਮ ਕਿਹੜੀ ਭੁੱਖ ਲੱਗ ਗਈ ਆ ਬਈ ਰਾਤ ਦਾ ਟਾਈਮ ਹੈ ਅਸਲੇ ਕਿੱਥੇ ਜਾਣਗੇ ਯਾਰ ਆਹੋ ਰਾਤ ਦਾ ਟਾਈਮ ਹੈ ਤੇ ਕੋਈ ਚੀਜ਼ ਨਹੀਂ ਮਿਲਦੀ ਹੈਗੀ ਸਾਜੀ 05 ਨੰਬਰ ਮਿਲਾਓ ਹੋਟਲ ਆ ਕੁਛ ਨਾ ਕੁਛ ਪੱਕਾ ਹੀ ਹੋਊਗਾ ਕੁਛ ਨਾ ਕੋਈ ਫਰਸ਼ ਪੱਕਾ ਆ ਤੈਨੂੰ ਚੁੱਕ ਕੇ ਲੱਤੋਂ ਥੱਲੇ ਮਾਰਾਂ ਮੈਂ ਤੈਨੂੰ ਪਤਾ ਲੱਗ ਜਾਵੇ ਕੀ ਪੱਕਾ ਹੈ ਆਰਡਰ ਦੇਣ ਵਾਸਤੇ 4 ਉੱਠ ਗਏ ਮੈਂ ਹੈਰਾਨ ਆ ਵੇ ਕਿੱਡੇ ਚੌਕਸ ਪਏ ਆ ਇਹ ਆ ਹੁਣ ਘਰਾਰੇ ਮਾਰਨ ਡਏ ਸੀ ਮੈਂ ਹੈਰਾਨ ਆ ਵੀ ਖਾਬ 'ਚ ਵੀ ਇਕੱਠੇ ਸੀ ਹੈਲੋ ਇੱਕ ਨੂੰ ਭੁੱਖ ਲੱਗੀ 4 ਜਣੇ ਉੱਠ ਕੇ ਬਹਿ ਗਏ ਜੀ ਅਸਲਾਮ ਵਾਲੇਕਮ ਹਾਂਜੀ ਆ ਭਾਈ ਕਿੰਨਾ ਨੀਂਦ ਜਦੋਂ ਪ੍ਰਫੈਕਟ ਨੰਬਰ ਮਿਲਾਇਆ ਰੈਸਟੋਰੈਂਟ ਖੁੱਲ੍ਹਾ ਇਸ ਵੇਲੇ ਅੱਛਾ ਕੁਛ ਬਣ ਸਕਦਾ ਆ ਬਣਾ ਦਿਓ ਕੁਛ ਆ ਰਾਈਸ ਕਰ ਦਿਓ ਚਿਕਨ ਜਲ ਫਰੇਜ਼ੀ ਕਰ ਦਿਓ ਕਿਹੜੀ ਕਿਹਨੂੰ ਕਹੀ ਜਾਂਦੇ ਰਾਈਸ ਕਰ ਦਿਓ ਉਹ ਕਰ ਦਿਓ ਆ ਤਸਲੀਮ ਸਾਹਿਬ ਦੇ ਕਮਰੇ 'ਚ ਨਹੀਂ ਮੇਰੇ ਕਮਰੇ ਦੇ ਵਿੱਚ ਨਹੀਂ ਹੈਗੇ ਭਾਅ ਜੀ ਉਹ ਕਹਿ ਰਹੇ ਨੇ ਮੈਂ ਮਿਲ ਦਿਆਂਗਾ ਮੇਰੇ ਕਮਰੇ 'ਚ ਨਹੀਂ ਹੈਗੇ ਹਾਂ ਉਹੀ ਫਿਰ ਗੱਲ ਕਰੀ ਜਾਣ ਡਏ ਆ ਬਸ ਠੀਕ ਹੈ 5 ਕੁ ਬੰਦਿਆਂ ਦਾ ਖਾਣਾ ਤਾਂ 5 ਬੰਦਿਆਂ ਦਾ ਕਿਉਂ ਕੀ ਗੱਲ ਆ 2-3-4 ਮੈਂ ਉੱਤੇ ਕੋਈ ਕਮਰੇ ਸ਼ੁਰੂ ਕਰਵਾਏ ਆ
थोड़ा जहा कर दी हो सकता तस्लीम भाई भी खान नहीं ठीक है नाल पानी दी बोतल भेज दो बोतल स्प्राइट करना डेढ़ लीटर वाली करायो साहब जी डेढ़ लीटर वाली स्प्राइट कर दियो विक्की साहब मैं ली कोक दा करना एली कोक करना एली रोंदा आया है लेटदा आया एली कोक कर ले विक्की साहब मैं ली स्टिंग मंगा लियो एक है स्टिंग उतर ऐसे स्टिंग नहीं मिलनी उथे पेप्सी है या अपना ओ को स्प्राइट स्प्राइट मंगा लो तुम मेले जाए या कुछ स्टिंग पी जांदा कोई पेप्सी पी जांदा है कमरा आया होटल आए होटल च ये चीजा लभदी और कितों लभदी ले पानी वाली बोतलां कहती कहता पानी की बोतल पानी वाली बोतलां की शर्ट धोनी है तू तो तू पेंट धोनी तेरी लिबड़ गई है इतने गर्म लिया मैल लै जी मेरे चेहरे की फिर मैं कि लंत पई है इतने गर्म पानी नहीं उदा कि रगड़ा रुगड़ा लवा कि चिट्टा हो जाए सह तू फिर मुला ड्राइवर रखे आया मिर्च घट रखन रात का टाइम आ मुड़ के जलन होंगी है सवेरे सा खाना होंगे बहुत अच्छा मैं इन्हों का देखे भी ज्यादा रखते नहीं अच्छा गाना सुनने दिल करता उच्ची आवाज तू कि खाब के मंगनी रख बैठा बड़े भरा की तेरा मुजरा सुनने दिल करता है तेरे मैं मूँह वाल वेखी जाने अफरमैशा है तोड़िया होटल वाली नींद उड़ाती नींद बड़ी अड़ाती है तुकल सिंह जी अड़ाती है डोर बहुती देती तेरी नींद जी बदला च लग गई है तस्लीम साहब तू चुप कर काफर का गमला आता तू चुप कर जा बड़ा बड़ा प्रमोटर है प्रमोटर तो होएगा तुहाडा होएगा फिडम इस प्रमोटर का जिहड़ा जुत्ती नहीं लै सकिया उहनूं तुहानूं की देना है चोरार की पाई पैसे तो उन्हें क्लीयर करते पहले क्लीयर होना तो 600 रुपया होना सारा 600 रुपया 300 होगा जो क्लीयर जो एडी जल्दी कर बोधे पुतली लैके चलो जान दे आले दुआले भी सुते लाउड 600 रुपया आले मैं कहना उठन उदा के देख भी आ मेहमान इदा आते आले दुआले तस्लीम साहब उठ के वेखियो वाशरूम च पानी आ क्यों की गल डुब के मरना कि तू अंदर बहुते पानी के सलीम साहब एक पानी के टप से भर दिए जनाब पेंचर वेखना तू उ जब बच्चे वाले जहाज छड़ने हैं तू उ खेलना है अंदर कासम साहब आप देख लो उठ के इस तरह नहीं पानी चल कर दिता यार कहना 20 मिनट लगन गए हाथ धो लो कुर्सियां खा लो खा लो अल्लाह अकबर किडे इतफाक ना उठे बेड़ा गर जा वेख उन्होंने कहा खाना लै गया पुत्र आप फड़ लिया दो खाना खुना तुम खाना मैं चला है ठेका नहीं लिया तो नहीं यह कि गल हो उ चल परे चल यह कि गल हुई है कि रात सारी मैं बह के क्ढन डे नींदा ही पूरी कर ली है पैसे मैं देने कि तुम देने अपने बारी तुरे घटन जिन आ जाते हैं तेन लाशा आई रूह आ जाए भांडे सीटन लग पे अगले गोडे तह चढ़ाए होंगे इतने चौड़े होके पे है खाने का बिल आप दे खाने का बिल आप दे देंगे बेफिक्र हो नहीं खाने का बिल सारा बिल तुसी आप देना आराम ना बोलो वाशरूम च बैठा वा वाशरूम च की तां चढ़ जाना जे मैं उच्ची बोलिया ते भी अंदरों बेला भरन डे आया अंदरों बेला भरन डे मेरी टूना डिस्टर्ब हो जानी है अपनी शेल्टर साफ कर ला चल चल नहीं तो कोट ले ला पाँच दा ला इन्ना साफ कर ला की हो गया नंबर याद है मिनट बार चुकदा यार पानी नहीं आ रहा मोटर चलाओ एक मिनट च आ रहा चली मोटर कहते अजे बस अपना रस्ते जी पानी रस्ते जी आ सुधार टपकदा तो आ पानी फिडम मेरा बी तस्लीम तेन सोफे की नींद आ जाती है सोफे की नींद आ जाती तेन रोटी तो आ जाने तरह रोटी नहीं होती कीमा खा के हटे भी उन्होंने हाथ लिबड़ गए पता नहीं अगरबत्तियां तो पका दे कीमा भी कहो लै तब कहो ए करके कीमा खिलाओ इन्हों करो कीमा इन कीमा खिलाओ फिर डेमू घर दाल खा खा के बुरे नैन नक्शे हुए थे कीमे खान डे टीवी ला यार देख रहा मैं ला टीवी ला बीमार उठा उ बह यार
ਮੈਂ ਸਕੂਨ ਲੈ ਦੇਖੋ ਜੀ ਵਿੱਕੀ ਸਾਹਿਬ ਆ ਕਿੱਡੀ ਵੱਡੀ ਫ੍ਰਿਜ ਤੇ ਦੋ ਖਾਲੀ ਗਲਾਸ ਰੱਖੇ ਆ ਮੈਨੂੰ ਪਤਾ ਹੀ ਤੁਸੀਂ ਆਉਣਾ ਹੈ ਤੁਹਾਡੀ ਮਹਿਮਾਨ ਨਵਾਜ਼ੀ ਹੈ ਬਾਹਰ ਦੇ ਦਿਓ ਠੰਡੀ ਹੋ ਜਾਵੇ ਉਹ ਖਾਈ ਜਾਓ ਤੂੰ ਕਮਰੇ ਦਾ ਚੂਹਾ ਆ ਉੱਥੇ ਬਹਿ ਆਰਾਮ ਨਾਲ ਚੱਲ ਉੱਥੇ ਲੈ ਕਿੱਡੇ ਕੁ ਗਰੀਬ ਆ ਐਲ ਜੀ ਨਹੀਂ ਚਲਾਉਣੀ ਆਉਣ ਡਈ ਸੋਲਾਂ ਦੇ ਹੋਣਾ ਸੋਲਾਂ ਦੇ ਲੱਗ ਗਿਆ ਵਿੱਕੀ ਸਾਹਿਬ ਜਿੱਤੇਗਾ ਪਾਕਿਸਤਾਨ ਇਨਸ਼ਾਅੱਲਾ ਜਿੱਤੇਗਾ ਇਨਸ਼ਾਅੱਲਾ ਇਹ ਮੈਚ ਮੈਚ ਨਹੀਂ ਜਾਂਦਾ ਵੇ ਬੰਦ ਕਰ ਤਾੜੀ ਤਾੜੀ ਬੰਦ ਕਰ ਤੇਰੇ ਮੈਂ ਮੂੰਹ ਵਾਲੇ ਵੇਖੀ ਜਾਣ ਡਿਆ ਆ ਇਹ ਵਿਹੜਾ ਆ ਕਰ ਰਿਹਾ ਪਿਆਰ ਕਰਦਾ ਤੁਹਾਡੇ ਨਾਲ ਪਿਆਰ ਤੇਰੇ ਮੈਂ ਮੂੰਹ ਵੱਲ ਵੇਖੀ ਜਾਂਦਾ ਬਕਵਾਸ ਕਰਨ ਡਿਆ ਤੂੰ ਲੈ ਤਾੜੀ ਮਾਰਨ ਡਏ ਆ ਯਾਰ ਤਾੜੀ ਨਾ ਮਾਰੋ ਫਿਰ ਮੂੰਹ ਮਲਾਇਆ ਇਹ ਸਹੀ ਕਹਿ ਰਿਹਾ ਤਾੜੀ ਨਾ ਮਾਰੋ ਹੋਟਲ ਆ ਨਾਲ ਮਹਿਮਾਨ ਸੁੱਤੇ ਪਏ ਆ ਸਾਰੇ ਤੂੰ ਸਾਨੂੰ ਅੰਦਰ ਕਰਾਉਣਾ ਆ ਨਹੀਂ ਨਹੀਂ ਤਾੜੀ ਨਾ ਮਾਰੋ ਪੁੱਤਰ ਆਰਾਮ ਨਾਲ ਦੇਖੋ ਜਾਓ ਭਾਜੀ ਤੁਹਾਡੀ ਮਿਹਰਬਾਨੀ ਹੈ ਜਾਓ ਮੈਨੂੰ ਨਹੀਂ ਚਾਹੀਦੇ ਏਡੇ ਸੀਰੀਅਰ ਬੰਨ ਰੋਟੀ ਆ ਰਹੀ ਰੋਟੀ ਰੋਟੀ 9 ਦੀ ਆਉਣੀ ਹੈ ਭਾਜੀ ਰੋਟੀ ਇੱਥੇ ਹੋਟਲ 'ਚ 2 ਤਿਆਰ ਹੋਣੀ ਹੈ ਉਹ ਨਹੀਂ ਉਹ ਕਹਿੰਦਾ ਆ ਰਹੀ ਹੈ ਲੈ ਉਹ ਕਿੱਦਾਂ ਤੈਨੂੰ ਕਹਿ ਗਿਆ ਆਉਣ ਦੀ ਮੇਰੀ ਫੋਨ 'ਤੇ ਗੱਲ ਹੋਈ ਫੋਨ 'ਤੇ ਗੱਲ ਹੋਣੀ ਸੀ ਦੁਨੀਆ ਦੇ ਸਾਰੇ ਰਿਕਾਰਡ ਤੋੜਨੇ ਨੇ ਇਨਸ਼ਾਅੱਲਾ ਜਿੱਦਾਂ ਤੂੰ ਤੋੜੇ ਅੱਜ ਆ ਕੇ ਤੂੰ ਵੀ ਆਪਣੇ ਕੰਮ ਦਾ ਬਾਬਰ ਆਜ਼ਮ ਹੋਇਆ ਥੈਂਕ ਯੂ ਤਸਲੀਮ ਢੀਠ ਪੰਨ ਦਾ ਕਹਿਣ ਡਿਆ ਆ ਅੱਗੋਂ ਥੈਂਕ ਯੂ ਕਹਿਣ ਡਿਆ ਪੁੱਤਰ ਇਕੱਠੀ ਗੱਲ ਕਰੀ ਦੀ ਨਾ ਫਿਰ ਨਾ ਕਰ ਨਾ ਕਰੀ ਨਾ ਅੱਬਾ ਕਹਿੰਦੀ ਹੋ ਗਿਆ ਓਏ ਓਏ ਫਿਰ ਮੂੰਹ ਬੋਲੀ ਕਮਾਦਾਂ ਵਾਲੀ ਹੈ ਕੈਸੇ ਬੰਦੇ ਆ ਯਾਰ ਮੈਂ ਘਰੋਂ ਕਹਿ ਕੇ ਆਇਆ ਮੈਂ ਕਿਹਾ ਯਾਰ ਅੱਜ ਮੈਂ ਸਕੂਨ ਕਰਨਾ ਹੈ ਲੈ ਸਾਡੇ ਸੀਨੀਅਰ ਆਏ ਨੇ ਓ ਕੈਸੇ ਹੋ ਤਸ਼ੀਮ ਤੁਸੀਂ ਇੱਥੇ ਕੈਸਾ ਫਿੱਕਾ ਜਿਹਾ ਹੋ ਗਿਆ ਅੰਦਰ 7 ਮਹਿਮਾਨ ਲਿਆ ਕੇ ਅੰਦਰ ਸੋਹਣਾ ਕਬਜ਼ਾ ਕਰਕੇ ਬਹਿ ਗਏ ਵੈਰੀ ਗੁੱਡ ਨਾ ਕਰ ਜ਼ਹਿਨ ਮਾਰੇਗਾ ਉਸਤਾਦ ਜੀ ਚੌਂਕ ਕਿੱਡਾ ਕ੍ਰਿਕਟ ਦਾ ਮੈਚ ਲੱਗਾ ਦਿਲ 'ਚ ਤਾੜੀਆਂ ਮਾਰ ਤੂੰ ਤਾੜੀ ਦਿਲ 'ਚ ਹੁੰਦੀ ਹੈ ਅੱਛਾ ਆਓ ਗਏ ਤਾੜੀ ਇਹ ਗੱਲ ਸਰ ਤੇਰਾ ਕਿ ਮੂੰਹ ਹੋਰ ਤਰ੍ਹਾਂ ਦਾ ਹੈ ਆਊਟ ਨਾ ਕਹਿ ਪੈ ਜਾ ਲੰਮਾ ਜਾਂ ਪੈ ਜਾ ਤੇ ਮੈਂ ਸਾਰੇ ਪੈਸੇ ਪਾਉਣੇ ਅੱਜ ਰਹਿੰਦਾ ਸਰਗੋਦੇ ਆ ਤੇ ਇੱਕ ਦਿਨ ਨਹੀਂ ਇਹਨੇ ਕਿਨੂੰ ਖਾਧਾ ਹੋਣਾ ਇਹਨੂੰ ਦਿੰਦਾ ਵੀ ਕੋਈ ਨਹੀਂ ਹੋਣਾ ਕੈਸਾ ਮੂੰਹ ਹੈ ਇਹਦਾ ਆ ਜਾ ਯਾਰ ਉੱਥੇ ਭੁੱਖ ਨਾਲ ਜਾਨ ਨਿਕਲ ਗਈ ਨਹੀਂ ਬੈਡ ਤੇ ਨਾ ਉੱਥੇ ਲਵਾ ਤਸਲੀਮ ਵੀਰੇ ਤੂੰ ਇੱਧਰ ਆ ਜਾ ਹਾਂ ਤੂੰ ਉੱਧਰ ਬੈਡ ਤੇ ਆ ਜਾ ਮੈਂ ਉੱਧਰ ਚੱਲ ਜਾ ਬਹਿ ਜਾਓ ਆ ਜਾਓ ਕੋਈ ਨਹੀਂ ਬੜਾ ਅੱਛਾ ਹੈ ਹੋਟਲ ਤੇਰਾ ਇੰਤਜ਼ਾਮ ਬੜਾ ਅੱਛਾ ਮਾਸ਼ਾਅੱਲਾ ਆਰਡਰ ਇੰਜ ਲੈ ਕੇ ਆਉਂਦੇ ਨੇ ਤੁਸੀਂ ਉੱਧਰ ਚੱਲ ਜਾਓ ਨਾ ਇੱਧਰ ਆ ਜਾ ਤੂੰ 2 ਮਿੰਟ ਜ਼ਰਾ ਰੋਟੀ ਖਾਣੀ ਤੂੰ ਖਾਓ ਉਹਨਾਂ ਦਾ ਆਪਣਾ ਕਮਰਾ ਸਵੇਰੇ ਖਾ ਲੈਣਗੇ ਉਹ ਕਹਿੰਦਾ ਮੈਂ ਸਵੇਰੇ ਨਿਹਾਰੀ ਖਾਣੀ ਨੇਮ ਪੁੱਤਰ ਐਵੇਂ ਨਹੀਂ ਅੱਲਾ ਪਾਕ ਦੇ ਫਲਾਂ ਮਾਲਕ ਨੇ ਫੁੱਲ ਮਾਰ ਬਣਾਇਆ ਪਹੁੰਚ ਹੈ ਉਹਦੀ ਹਾਂ ਪਹੁੰਚ ਆ ਗਈ ਮੈਂ ਪਹਿਲਾਂ ਇੱਥੇ ਬੈਠਾ ਜਾਂ ਇੱਥੇ ਆ ਗਿਆ ਇੰਨੀ ਕੁ ਪਹੁੰਚ ਆ ਮੇਰੀ ਪਹੁੰਚ ਗਿਆ ਮੈਂ ਜਿੱਥੇ ਆਉਣਾ ਸੀ ਕਿਆ ਬਾਤ ਤਸੀਬ ਰਿਜ਼ਕ ਜਿੱਥੇ ਦਾ ਲਿਖਿਆ ਹੋਵੇ ਨਾਂ ਵੀ ਲਿਖਿਆ ਭਾਅ ਜੀ ਅਗਲੇ ਲਿਖਾ ਲੈਂਦੇ ਜੁੱਤੀਆਂ ਨਾਲ ਲਿਖਾ ਲੈਂਦੇ ਆ ਨਾਂ ਵੀ ਲਿਖਿਆ ਹੋਵੇ ਨਾ ਲਿਖਾ ਲੈਂਦੇ ਆਪ ਧੱਕੇ ਨਾਲ ਲਿਖਾ ਲੈਂਦੇ ਅਗਲੇ ਦੇ ਭਾਵਾਂ ਪੱਲੇ ਕੱਖ ਨਾ ਰਵੇ ਐਸੀ ਗੱਲ ਆ ਯਾਰ ਉਹਨੂੰ ਕਹਿੰਦੇ ਦਾਣੇ ਦਾਣੇ 'ਤੇ ਮੋਰ ਲਵਾ ਲੈਂਦੇ ਆ ਇੱਥੇ ਰੋਟੀ ਲਿਖੀ ਆਪ ਲਵਾ ਲੈਂਦੇ ਆ ਕੇ ਧੱਕੇ ਨਾਲ ਲਵਾ ਲੈਂਦੇ ਆ ਜਦੋਂ ਆਪਣੇ ਰੋਟੀ ਦਾ ਸਾਡੀ ਦਾ ਟਾਈਮ ਹੁੰਦਾ ਉਹਦੇ ਨਾਲ ਇਹਨਾਂ ਦੇ ਘਰਾਂ 'ਚ ਜਿੰਨ ਆ ਜਾਂਦੇ ਆ ਉਦੋਂ ਬਰਤਨ ਆਪ ਹੀ ਸਿੱਟਦੇ ਆ 35 ਗਲਾਸ ਪਾਣੀ ਦੇ ਬਣਾਉਂਦੇ ਬਾਅਦ 'ਚ ਹੱਥ ਉਹਦੇ ਨਾਲ ਧਵਾਉਂਦੇ ਆ ਆਪਣਾ ਆਪ ਤਾਂ ਬੜੀ ਖਿਦਮਤ ਕਰਦੇ ਆ ਬਹੁਤ ਖਿਦਮਤ ਕਰਦੇ ਆ ਹਾਂ ਇਹਨਾਂ ਦਾ ਟੇਸਟ ਘਰ ਵਾਲਾ ਸਾਰਾ ਨਾਨ ਵੀ ਹਰ ਚੀਜ਼ ਮੈਨੂੰ ਇੰਝ ਪਏ ਜਿਵੇਂ ਅਡਿਆਲਾ ਜੇਲ੍ਹ 'ਚੋਂ ਲੈ ਕੇ ਆਇਆ ਮੈਂ ਉੱਥੇ ਦਾਲ ਖਾ ਖਾ ਕੇ ਬੁਰੇ ਹਾਲ ਹੋਏ ਇਹਨਾਂ ਦੇ ਮੈਂ ਤੁਹਾਨੂੰ ਕਿਹਾ ਨਾ ਇਹਨਾਂ ਦਾ ਲੱਗਦਾ ਨਹੀਂ ਹੋਟਲ ਦਾ ਖਾਣਾ ਲੱਗਣਾ ਹੀ ਨਹੀਂ ਭਾਅ ਜੀ ਤੁਹਾਨੂੰ ਕਾਹਦਾ ਲੱਗਣਾ ਜਿਹਨੇ ਪੈਸੇ ਦੇਣੇ ਉਹਨੂੰ ਲੱਗਣਾ ਵਰਨਾ ਇਸ ਟਾਈਮ ਰੋਟੀ ਲੱਭਦੀ ਨਹੀਂ ਲੱਭਣ ਵਾਲੇ ਲੱਭ ਲੈਂਦੇ ਆ ਭਾਅ ਜੀ ਤੁਹਾਨੂੰ ਕਮਰਾ ਵੀ ਤਾਂ ਲੱਭ ਹੀ ਗਿਆ
मैं लानत भेजदा है, मैं कमरे च आना ही नहीं, छत से सौ जाना है, बर्फ अपने आप बुखार चढ़ा लेना, लानत भेजदा मैं कमरे से। पता नहीं किन्हें दसता भी उत्ते कमरा लिया उन्हें, रिसेप्शन वाले ने दसा उन्हें कहा तस्लीम भाई उत्ते। रिसेप्शन वाला नहीं अज नज़र आएगा इतने, कैसे आर्डर देंदे है, फोन नंबर का भी पता है कि ना भेत लैके उत्ते आते हैं। अच्छा कोई जीरो पांच मिला के तो कोई मंगा लो, जीरो पांच मैं तेरे घर का नंबर मिलाना है, तेरे घर का मिलाना है भी आ, पता नहीं तुम कदों की रोटी खवाई इस मैयत न, थले चलती है ना चलता प्यार ना ना आप चुक ला की गल फल जा भी है बह है हुई है तेरी तो चुक ला चमची तू इंज लाउन डे जिम्मे तेरे दोबारा मिलनी नहीं खोल नवा खोल मजा आ गया मजा आना ही है रोटी दी डकेती कमरे च डकेती माल तो चुकते वेखते हैं कमरे च वड़ के सौ सुकून ना सौंदे डाकू पहली दफी तो देखे है जेडे नींदा पूरी करके तसली ना जान डे फुल पानी पा बिल सुभान अल्लाह क्या कहने तस्लीम तो शुरू तो आ दो अठ दस मेहमान को रोटियां पानी मसला की होना है कुछ भी नहीं मसला की होर पा खा ला मसला तेन कहता होना है ना तेरे पैसे लगने है ना गल ना बात है बहर तू लंघा के टुरदा है इशारे तो तुरदा तेन चंगे भले पैसे हो जाते हैं तेरे कहे मूँह लिखे प्रोड्यूसर तेन की क्या कि मजाक करता कौन मजाक करता खुदा की किसी में सही कह रहे हैं मजाक कर रहे लै मैं मजाक करता ही नहीं तेन तू सही है हूँ तेरे चोला गल च पाया वे रात तू 500 लैके आवें ले प्रोड्यूसर वेख लो वाह वाह बड़े मखोली है ना जी अद्धा पैर लैके फिरी जान डे माशरे प्रोड्यूसर मैं हैरान हाँ मैं हैरान हाँ यार रोटी खाधी है ना किसी ने कोई गल की है ना किसी ने बात की जब लड़े नहीं होंगे आपस है फौरी सह खिंच ले लोग सौंदे है ऑन ऑफ होंगे है रेडियो वाला हिसाब है बंद कर दो चला दो ऑवे वह मूँह अड हो गया वह और जोड़ा प्रोड्यूसर इन्हें पैसे लाने है ऐसी गल चलो यार उठो बहुत टाइम हो गया पहुंचना भी चलो चलो निकलो तुसी कोड मेरा दे दे मैनू मेरा पुत्र अपना तस्लीम तस्लीम हेलो पुत्र उठ जा असी चले हैं 11:30-12 हो गए लेट हो गए असी ते कुंडी ला ला मेरा पुत्र है असी चले हैं एक काम कर जाना जाते हो कि और जाता होना इशारे तो कह दीजिए कि अलार कर दीजिए भी जेने सौना सोना है तस्लीम बास ने कमरा लिया उ सौ जाइए अच्छा जिन्होंने घर कोई मेहमान आए हैं ना वह भी इतने आके सौ जाए आ जिन्हें मंगने वाले फिरते हैं ना थक जाना ना उन्होंने भी कह देना मेरे कमरे जाके सौ जाना कोई तुहाडे मेहमान आने घर तो वह भी साढ़े मेरे वाल भेज देना भी तस्लीम बास ने कमरा लिया है अच्छा लाजमी काम करके जाइयो पुत्र सुन लो जो भैन कह उंज करना ठीक हो गया ठीक है ना इशारियां ते व्हाट्सएप ग्रुपां च सारियां नूं ना तुसी कह दियो ठीक है जी ओ मैं मजाक कीता ओए ओ मैं मजाक कीता